ਤੁਹਾਡੀਆਂ ਗੁਰੂਹਾ ਤੱਕ ਦਸ ਤੱਕ ਜੀ ਆਇਆਂ ਨੂੰ ਤੁਹਾਡਾ ਸਾਰਿਆਂ ਦਾ ਮਨ ਪਸੰਦੀਦਾ ਪ੍ਰੋਗਰਾਮ ਜਿਸ ਦਾ ਨਾਮ ਹੈ ਸੁਨੇਹੀ ਮੈਂ ਕਮਲਪ੍ਰੀਤ ਕੌਰ ਸੁਨੇਹਾ ਜਦੋਂ ਵੀ ਆਉਂਦਾ ਹੈ ਤਾਂ ਚਾ ਚੜ ਜਾਂਦਾ ਹੈ ਚਿੱਠੀ ਆਉਂਦੀ ਹੈ ਤਾਂ ਵੀ ਚਾ ਚੜ ਜਾਂਦਾ ਹੈ ਫੋਨ ਆ ਜਵੇ ਆਪਣੇ ਰਿਸ਼ਤੇਦਾਰਾਂ ਦਾ ਜਿਨ੍ਹਾਂ ਨਾਲ ਸਾਡੇ ਬਹੁਤ ਪਿਆਰ ਹੁੰਦਾ ਹੈ ਤਾਂ ਵੀ ਚਾ ਚੜ ਜਾਂਦਾ ਹੈ ਬਹੁਤ ਖੂਬਸੂਰਤ ਹੁੰਦੇ ਨੇ ਇਹ ਰਿਸ਼ਤੇ ਔਰ ਰਿਸ਼ਤਿਆਂ ਦੇ ਵਿੱਚ ਸਭ ਤੋਂ ਸੋਹਣੀ ਗੱਲ ਹੁੰਦੀ ਹੈ ਜ਼ਿੰਮੇਵਾਰੀ ਇੱਕ ਜ਼ਿੰਮੇਵਾਰੀ ਮੇਰੀ ਵੀ ਲੱਗੀ ਹੈ ਤੇ ਸਭ ਤੋਂ ਪਹਿਲਾ ਇਹ ਜ਼ਿੰਮੇਵਾਰੀ ਮੈਂ ਨਿਭਾਉਂਦੀ ਆ ਤੇ ਬਾਕੀ ਗੱਲ ਆਪਾਂ ਬਾਅਦ ਚ ਕਰਦੇ ਹਾਂ ਸਾਡੀ ਈਮੇਲ ਆਈਡੀ ਨੋਟ ਕਰ ਲਓ ਜਿਹੜੀ ਜ਼ਿੰਮੇਵਾਰੀ ਤੁਸੀਂ ਵੀ ਨਿਭਾਉਣੀ ਹੈ ਖੁਸ਼ੀਆਂ ਦੇ ਲਈ suneheddi punjabi@gmail.com ਇਹ ਸਾਡੀ ਈਮੇਲ ਆਈਡੀ ਹੈ ਔਰ ਇਸ ਈਮੇਲ ਆਈਡੀ ਉੱਤੇ ਤੁਸੀਂ ਪਹੁੰਚਦਾ ਕਰ ਦਿਨੀਆਂ ਨੇ ਆਪਣੀਆਂ ਜਿਹੜੇ ਸਖੇ ਸਮੰਧੀਆਂ ਨੂੰ ਮੁਬਾਰਕਾ ਦੇਣਾ ਚਾਹੁੰਦੇ ਹੋ ਔਰ ਜ਼ਿੰਮੇਵਾਰੀ ਦੀ ਗੱਲ ਕੀਤੀ ਹੈ ਕਹਿੰਦੇ ਕਿ ਹੈ ਨਾ ਪ੍ਰਮਾਤਮਾ ਹਰ ਕਿਸੇ ਦੇ ਹਿੱਸੇ ਜ਼ਿੰਮੇਵਾਰੀ ਨਹੀਂ ਪਾਉਂਦਾ ਉਦੇ ਦਿਲ ਦੇ ਕਰੀਬ ਉਹਦੇ ਕੋਲ ਜਿਹੜੇ ਹੁੰਦੇ ਨੇ ਬਹੁਤ ਪਿਆਰੇ ਉਹਦੇ ਬੱਚੇ ਇਨਸਾਨ ਜਿਹੜੇ ਹੁੰਦੇ ਨੇ ਇਸ ਧਰਤੀ ਉੱਤੇ ਉਹਨਾਂ ਨੂੰ ਜ਼ਿੰਮੇਵਾਰੀਆਂ ਦੀਆਂ ਫਿਰ ਅਸੀਸਾ ਵੀ ਦਿੰਦਾ ਹੈ ਇਹ ਜ਼ਿੰਮੇਵਾਰੀ ਭਾਵੇਂ ਇੱਕ ਛੋਟਾ ਜਿਹਾ ਲਫ਼ਜ਼ ਹੈ ਇੱਕ ਛੋਟਾ ਜਿਹਾ ਸ਼ਬਦ ਹੈ ਪਰ ਆਪਣੀ ਆਪ ਦੇ ਵਿੱਚ ਬਹੁਤ ਕੁਝ ਸੰਜੋਈ ਬੈਠਾ ਹੈ ਜਦੋਂ ਘਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਚੱਕਣੀਆਂ ਹੁੰਦੀਆਂ ਨੇ ਤਾਂ ਉਸ ਇਨਸਾਨ ਨੂੰ ਪਤਾ ਹੁੰਦਾ ਹੈ ਕਿ ਉਹਨੇ ਕਿਸ ਤਰ੍ਹਾਂ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨਾ ਹੁੰਦਾ ਹੈ ਕਿਹੜਾ ਹੁੰਦਾ ਹੈ ਇੱਕ ਹੀ ਘਰ ਦੇ ਮੈਂਬਰ ਉੱਤੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਉਹ ਹਰ ਇੱਕ ਜ਼ਿੰਮੇਵਾਰੀ ਨੂੰ ਬਹੁਤ ਸੋਹਣੇ ਤਰੀਕੇ ਨਾਲ ਨਿਭਾਉਂਦਾ ਹੈ ਪਰਿਵਾਰ ਦਾ ਖਾਸ ख्याल ਵੀ ਰੱਖਦਾ ਹੈ ਉਹਨਾਂ ਦੀਆਂ ਲੋੜਾਂ ਨੂੰ ਵੀ ਪੂਰਾ ਕਰਦਾ ਹੈ ਆਪਣੀਆਂ ਲੋੜਾਂ ਵੀ ਪੂਰੀਆਂ ਕਰਦਾ ਹੈ ਸੰਸਾਰ ਦੇ ਵਿੱਚ ਚੰਗੇ ਤਰੀਕੇ ਨਾਲ ਵਿਚਰਦਾ ਹੈ ਫਿਰ ਉਹ ਪਰਿਵਾਰ ਬਹੁਤ ਸੋਹਣਾ ਪਰਿਵਾਰ ਬਣ ਜਾਂਦਾ ਹੈ ਬੜੀ ਕਾਮਯਾਬੀਆਂ ਮਿਲਦੀਆਂ ਨੇ ਉਸ ਪਰਿਵਾਰ ਦੇ ਮੈਂਬਰਾਂ ਨੂੰ ਸੋ ਇਸ ਕਰਕੇ ਆਪਣੇ ਆਪ ਦੇ ਵਿੱਚ ਅਸੀਂ ਪਰਿਵਾਰ ਦੇ ਵਿੱਚ ਜਦੋਂ ਜ਼ਿੰਮੇਵਾਰੀ ਸਾਡੇ ਉੱਤੇ ਆਵੇ ਦਰਨਾ ਨਹੀਂ ਕਬਰੌਣਾ ਨਹੀਂ ਹਮੇਸ਼ਾ ਹੌਸਲੇ ਬੁਲੰਦ ਕਰਕੇ ਸੀਨਾ ਤਾਣ ਕੇ ਕਹਿਣਾ ਕਿ ਪ੍ਰਮਾਤਮਾ ਤੇਰਾ ਸ਼ੁਕਰੀਆ ਸਾਨੂੰ ਤੂੰ ਰਿਸ਼ਤੇਦਾਰੀਆਂ ਦੇ ਵਿੱਚ ਜਾਂ ਸਾਨੂੰ ਰਿਸ਼ਤੇ ਇਨ ਦੇ ਵਿੱਚ ਜ਼ਿੰਮੇਵਾਰੀ ਦਾ ਅਹਿਸਾਸ ਦਿੰਦਾ ਹੈ ਸੋ ਜ਼ਿੰਮੇਵਾਰੀ ਮੇਰੀ ਵੀ ਸ਼ੁਰੂ ਹੋ ਗਈ ਹੈ ਇਸ ਮਿਹੇ ਪ੍ਰੋਗਰਾਮ ਤੁਹਾਡੇ ਸਾਰਿਆਂ ਦੇ ਜਿਹੜੇ ਈਮੇਲਸ ਆਈਆਂ ਨੇ ਖੱਤ ਆਏ ਨੇ ਉਹਨਾਂ ਦਾ ਜਵਾਬ ਵੀ ਤਾਂ ਦੇਣਾ ਹੈ ਨਾ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਕਰਦਾ ਹੋਏਗਾ ਆਕਾਸ਼ਦੀਪ ਜੀ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦੇਣੀਆਂ ਨੇ ਸੋ ਮੁਬਾਰਕਾਂ ਆਕਾਸ਼ਦੀਪ ਨੂੰ ਅੱਜ 7 ਅਪ੍ਰੈਲ ਉਸ ਦਾ ਜਨਮ ਦਿਨ ਹੈ ਮੰਮੀ ਪਾਪਾ ਦਲਜੀਤ ਸਿੰਘ ਮਨਿੰਦਰ ਕੌਰ ਚਾਚਾ ਚਾਚੀ ਜਸਪੀਰ ਸਿੰਘ ਸ਼ਰਨਜੀਤ ਕੌਰ ਪੂਆਜੀ ਫੂਫੜਜੀ ਪ੍ਰਬਜੋਤ ਸਿੰਘ ਦਲੇਰਜੀਤ ਕੌਰ ਤੇ ਚਾਚਾ ਜੀ ਸਿਮਰਜੀਤ ਸਿੰਘ ਬਲ ਮੁਬਾਰਕਾਨੇ ਤੇ ਭੈਣ ਦਿਲਜੋਤ कौर ਤੇ ਉਹਨਾਂ ਦਾ ਭਰਾ ਹਰਫਤੇ ਸਿੰਘ ਦੇ ਬਲ ਮੁਬਾਰਕਾਨੇ ਅਕਾਸ਼ ਦੀਪ ਨੂੰ ਬਹੁਤ-ਬਹੁਤ ਮੁਬਾਰਕਾਂ ਪ੍ਰਮਾਤਮਾ ਬਹੁਤ ਖੁਸ਼ੀਆਂ ਦੇਵੇ ਹਮੇਸ਼ਾ ਰਾਜੀ ਰੱਖੇ ਔਰ ਜਿਹੜੇ ਵੀ ਨਿੱਕੇ-ਨਿੱਕੇ ਹੱਥਾਂ ਨਾਲ ਜੋੜ ਕੇ ਵਾਹਿਗੁਰੂ ਦੇ ਅੱਗੇ ਅਰਦਾਸਾ ਕਰਦਾ ਹੈ ਪ੍ਰਮਾਤਮਾ ਉਸ ਦੀਆਂ ਪੂਰੀਆਂ ਕਰੇ ਅਰਦਾਸਾ ਹਮੇਸ਼ਾ ਹੱਸਦਾ-ਵਸਦਾ ਰੱਖੇ ਬਹੁਤ ਸੋਹਣਾ ਹੈ ਅਕਾਸ਼ ਦੀਪ ਪਰ ਤਸਵੀਰ ਐਦਾਂ ਦੀ ਨਾ ਭੇਜਿਆ ਕਰੋ ਜਿਹਦੇ ਵਿੱਚ ਅਕਾਸ਼ ਦੀਪ ਦਾ ਥੋੜਾ ਜਿਹਾ ਮਹਾਂਦਰੇ ਦੇ ਵਿੱਚ ਕਿਤੇ ਨਾ ਕਿਤੇ ਫਿੱਕ ਪੈ ਜਾਂਦਾ ਹੈ ਅਸੀਂ ਤਾਂ ਚਾਹੁੰਦੇ ਹਾਂ ਕਿ ਬੱਚੇ ਐਸੀ ਤਰ੍ਹਾਂ ਹੀ ਖੂਬਸੂਰਤ ਲੱਗਦੇ ਰਹਿਣ ਤੇ ਤਸਵੀਰ ਸੋਹਣੀ-ਸੋਹਣੀ ਜਿਹੜੀ ਠੀਕ-ਠਾਕ ਵਾਲੀ ਉਹ ਭੇਜ ਦ ਮੁਬਾਰਕਾ ਆਕਾਸ਼ਦੀਪ ਨੂੰ ਡੀਡੀ ਪੰਜਾਬੀ ਦੇ ਵੱਲੋਂ ਪਰਮਾਤਮਾ ਲੰਬੀਆਂ ਉਮਰਾਂ ਦੇਵੇ ਹਰਗੁਨ ਕੌਰ ਗਿੱਲ ਨੂੰ ਜਨਮ ਦਿਨ ਦੀਆਂ ਮੁਬਾਰਕਾਂ 7 ਅਪ੍ਰੈਲ ਅੱਜ ਜਨਮ ਦਿਨ ਹੈ ਹਰਗੁਨ ਬਹੁਤ-ਬਹੁਤ ਖੁਸ਼ ਹੋਈਂਦੀ ਹੋਏਗੀ ਜਨਮ ਦਿਨ ਹੈ ਉਸ ਦਾ ਪਰਦਾਦੀ ਮਾ ਮਹਿੰਦਰ ਕੌਰ ਦਾਦਾ-ਦਾਦੀ ਜੀ ਜਗਤਾਰ ਸਿੰਘ ਗਿੱਲ ਪਰਮਜੀਤ ਕੌਰ ਤੇ ਪਪਾ ਮੰਮੀ ਜਗਪ੍ਰੀਤ ਸਿੰਘ ਤੇ ਮਨਦੀਪ ਕੌਰ ਚਾਚਾ ਪਰਮਪ੍ਰੀਤ ਸਿੰਘ ਨਾਨਾ ਨਾਨੀ ਮਾਨ ਸਿੰਘ ਤੇ ਰਸ਼ਪਾਲ ਕੌਰ ਮਾਮਾ ਮਾਮੀ ਰਵਿੰਦਰ ਸਿੰਘ ਸੰਦੀਪ ਕੌਰ ਤੇ ਸਾਰੇ ਸਾਖ ਸੰਬੰਧੀ ਤੇ ਦੋਸਤ ਮਿੱਤਰ ਮੁਬਾਰਕਾਂ ਭੇਜ ਰਹੇ ਨੇ ਹਰਗੁਨ ਕੌਰ ਗਿੱਲ ਨੂੰ ਬਹੁਤ-ਬਹੁਤ ਮੁਬਾਰਕਾਂ ਹੋਣ ਹਰਗੁਨ ਤੁਹਾਨੂੰ ਹੈਪੀ ਬਰਥਡੇ ਵਾਈ ਗਰੂ ਬਹੁਤ-ਬਹੁਤ ਤੁਹਾਨੂੰ ਖੁਸ਼ੀਆਂ ਦੇਵੇ ਔਰ بہت مقام سونے سونے ہمیشہ اگیں ودے چلو منزلوں پوریا کرتے چلو اور بچپن بہت بہت خوبصورت ہوئے سارے جانے راج راج کے مو کرن پیار کربارک ہرپریت سنگ جنم دن دیا مبارک سات اپریل انہوں کا جنم دن ہے پ ਤਰਪੰਦਰ ਸਿੰਘ ਮਾਤਾ ਰਣਜੀਤ ਕੌਰ ਅਤੇ ਦਾਦਾ ਸਵਰਗੀ ਰਾਮਕਿਸ਼ਨ ਦਾਦੀ ਮਾ ਗੁਰਦੇਵ ਕੌਰ ਤਾਇਆ ਹਰਮਨ ਸਿੰਘ ਤਾਈ ਜਸਵਿੰਦਰ ਕੌਰ ਪਾਜੀ ਬਲਜੀਤ ਸਿੰਘ ਪਾਜੀ ਤੇ ਭਾਬੀ ਅਮਨਦੀਪ ਸਿੰਘ ਤੇ ਦਲੇਰ ਕੌਰ ਪਤੀ ਜਹਰਦਿਲਸ ਅਜੀਤ ਸਿੰਘ ਚਾਚਾ ਮਜੀਤ ਸਿੰਘ ਚਾਚੀ ਅਮਰਜੀਤ ਘਰਪੈਣ ਜਸਪ੍ਰੀਤ ਘਰ ਤੇ ਸេចਪ੍ਰੀਤ ਘਰ ਦੇ ਵੱਲ ਮੁਬਾਰਕਾ ਆਇਆ ਨੇ ਹਰਪ੍ਰੀਤ ਸਿੰਘ ਨੂੰ ਬਹੁਤ ਬਹੁਤ ਮੁਬਾਰਕਾ ਪਰਮਾਤਮਾ ਬਹੁਤ ਖੁਸ਼ੀਆਂ ਦੇਵੇ ਜ਼ਿੰਦਗੀ ਦੇ ਵਿੱਚ ਅੱਗੇ ਵਧੇ ਔਰ ਬਹੁਤ ਬਹੁਤ ਸੋਹਣੇ ਮਕਾਮ ਆਣ ਜ਼ਿੰਦਗੀ ਦੇ ਵਿੱਚ ਤੇ ਖੁਸ਼ੀਆਂ ਖੇੜੀਆਂ ਦੇ ਨਾਲ ਪਰਿਵਾਰ ਦੀਆਂ ਅਸੀਸਾਂ ਲੈਂਦਾ ਹੋਇਆ ਅੱਗੇ ਵਧੇ ਔਰ ਲੰਬੀਆਂ ਉਮਰਾਂ ਦੇਵੇ ਪਰਮਾਤਮਾ ਔਰ ਹੱਸਤਾ ਵਾਸਤਾ ਇਹ ਸੋਹਣੇ ਸੋਹਣੇ ਰੰਗਾਂ ਦੇ ਨਾਲ ਉਸ ਦੀ ਜ਼ਿੰਦਗੀ ਵੀ ਬਹੁਤ ਸੋਹਣੀ ਖੂਬਸੂਰਤ ਬਣ ਚਵੇ ਠੀਸਾਰੀਆਂ ਮੁਬਾਰਕਾ ਹਰਪ੍ਰੀਤ ਨੂੰ ਅਗਲੀ ਮੁਬਾਰਕਬਾਸ਼ ਸਨੀਹਾ ਨੂੰ ਦਿੰਦੇ ਹਾਂ 7 ਅਪ੍ਰੈਲ ਨੂੰ ਉਹਨਾਂ ਦਾ ਜਨਮ ਦਿਨ ਹੈ ਸਨੀਹਾ ਦਾ ਔਰ ਸਨੀਹਾ ਨੂੰ ਮੁਬਾਰਕਾ ਭੇਜਿਆ ਨੇ ਮੰਮੀ ਪਾਪਾ ਨਰਿੰਦਰ ਕੁਮਾਰ ਤੇ ਉਹਨਾਂ ਦੇ ਜਿਹੜੇ ਬੇਬੀ ਮम्मा ਮੁਬਾਰਕਾ ਭੇਜ ਰਹੇ ਨੇ ਉਹਨਾਂ ਦੇ ਭਰਾ ਰੋਬਿੰਦਾ ਦਾਦਾ ਦਾਦੀ ਜਗਿੰਦਰ ਕੁਮਾਰ ਨਿਰੰਜਨ ਕੌਰ ਪੂਆ ਫੁਫੜ ਜੀ ਨੀਲਮ ਰਾਣੀ ਮੰਗਲਦਾਸ ਸੁਨੀਤਾ ਰਾਣੀ ਪਿੰਕਲ ਕੁਮਾਰ ਮਾਸੀ ਮਾਸਰ ਜੀ ਮਾਮਾ ਮਾਮੀ ਜੀ ਨਾਨਾ ਤੇ ਨਾਨੀ ਜੀ ਮੁਬਾਰਕਾ ਪੇਜ ਰਹੇ ਨੇ ਨਾਨਾ ਜੀ ਸੰਤੋਖ ਰਾਮ ਭੈਣ ਤੇ ਭਰਾਵਾਂ ਦੇ ਵੱਲੋਂ ਮੁਬਾਰਕਾ ਨੇ ਨਵਦੀਪ ਸ਼ੁਭਦੀਪ ਜਸਕਰਨ ਪ੍ਰੀਸ਼ਾ ਏਕਤਾ ਗੁਰਲੀਨ ਗੌਰਵ ਈਸ਼ਾ ਅਮਨ ਸਿਮਰਨ ਸੌਰਵ ਪ੍ਰੀਤੀ ਰਮਨ ਤੇ ਜਸਵੀਰ ਦੇ ਵੱਲੋਂ ਮੁਬਾਰਕਾ ਨੇ ਸਨੇਹਾ ਨੂੰ ਬਹੁਤ-ਬਹੁਤ ਮੁਬਾਰਕਾ ਸਨੇਹਾ ਬਹੁਤ-ਬਹੁਤ ਖੁਸ਼ੀਆਂ ਮਿਲਣ ਤੁਹਾਨੂੰ ਔਰ ਕੂ ਪੜੋ ਤਰਕੀਆਂ ਕਰੋ ਜ਼ਿੰਦਗੀ ਦੇ ਵਿੱਚ ਅੱਗੇ ਵਧੋ ਔਰ ਹਾਸੇ ਜ਼ਿੰਦਗੀ ਦੇ ਵਿੱਚ ਕਦੇ ਮਨਫੀ ਨਾ ਹੋਣ ਰੱਜ ਰੱਜ ਕੇ ਤੁਸੀਂ ਹੱਸੋ ਰੱਜ ਰੱਜ ਕੇ ਸਾਰਿਆਂ ਦਾ ਹਿਸਾਬ ਆਇਦਰ ਦਿਨ ਬਹੁਤ ਬਹੁਤ ਸ਼ੁਭ ਹੋਵੇ ਤੁਹਾਡੇ ਲਈ ਜਸਪ੍ਰਿਤ ਕੌਰ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਅੱਜ ਜਨਮ ਦਿਨ ਹੈ ਜਸਪ੍ਰਿਤ ਦਾ ਔਰ ਮਾਤਾ ਪਿਤਾ ਜੀ ਮੁਬਾਰਕਾਂ ਭੇਜ ਰਹੇ ਨੇ ਪਰਮਜੀਤ ਕੌਰ ਜਨਰਲ ਸਿੰਘ ਪ੍ਰਗੁਰਪ੍ਰੀਤ ਗੁਰਦੀਪ ਮਨਦੀਪ ਸੁਖਦੇਵ ਭਾਬੀਆਂ ਜਸਵਿੰਦਰ ਸੁਮਨ ਲਖਵਿੰਦਰ ਜੀਜਾ ਜੀ ਜਗਰੂਪ ਮਨਦੀਪ ਸਾਗਰ ਭੈਣ ਰਾਣੀ ਅਮਨਦੀਪ ਹਰਮੀਤ ਪਤੀਜੇ ਕਰਨ ਹੈਰੀ ਅਰਮਾਨ ਪਤੀਜੀਆਂ ਰਿਤੂ ਅਵੀ ਤੇ ਭਾਂਜੇ ਪ੍ਰੇਮ ਸਸਹਜ ਬਾਜੀ ਪੂਜਾ ਕਿਰਤਵਾ ਜੀ ਵਾ ਕੀ ਬਾਤ ਹੈ ਨੇ ਸਾਰੇ ਰਿਸ਼ਤੇਦਾਰੇ ਤੁਹਾਨੂੰ ਮੁਬਾਰਕਾਂ ਭੇਜਿਆ ਨੇ ਤੁਸੀਂ ਭੂਆ ਵੀ ਹੋ ਮਾਸੀ ਵੀ ਹੋ ਔਰ ਇਹ ਸਾਰੀਆਂ ਮੁਬਾਰਕਾਂ ਤੁਹਾਡੇ ਲਈ ਨੇ ਔਰ ਬਹੁਤ ਬਹੁਤ ਮੁਬਾਰਕਾ ਹੋਣ ਪ੍ਰਮਾਤਵਾ ਤੁਹਾਨੂੰ ਹਮੇਸ਼ਾ ਰਾਜੀ ਖੁਸ਼ੀ ਰੱਖੇ ਔਰ ਜ਼ਿੰਦਗੀ ਦੇ ਵਿੱਚ ਬਹੁਤ ਸੋਹਣੇ ਕੰਮ ਕਰੋ ਤੁਸੀਂ ਤੁਹਾਡੀ ਸ਼ਖਸੀਅਤ ਬਹੁਤ ਬਹੁਤ ਸੋਹਣੀ ਹੋਵੇ ਆਉਣ ਵਾਲਾ ਸਮਾਂ ਤੁਹਾਡੇ ਲਈ ਟੀਹ ਸਾਰੀਆਂ ਖੁਸ਼ੀਆਂ ਲੈ ਕੇ ਆਵੇ ਮੁਬਾਰਕਾ ਹੋਣ ਜਨਮ ਦਿਨ ਦੀਆਂ ਕੋਮਲਜੀਤ ਕੌਰ ਨੂੰ ਜਨਮ ਦਿਨ ਦੀਆਂ ਮੁਬਾਰਕਾਂ 7 ਅਪ੍ਰੈਲ ਦੀਆਂ ਉਹਨਾਂ ਦੇ ਪਤੀ ਅਰਪੰਨ ਦੀਪ ਸਿੰਘ ਬੀਟੀ ਸਾਹਿਬਕੌਰ ਪਿਤਾ ਜਰਨੈਲ ਸਿੰਘ ਮਾਤਾ ਪ੍ਰਕਾਸ਼ ਕੌਰ ਪੈਣਾ ਤੇਜਵੀਰ ਕੌਰ ਸੁਖਮਨਜੀਤ ਕੌਰ ਭਰਾ ਗੁਰਕਰਨਜੀਤ ਸਿੰਘ ਤੇ ਸਾਰੇ ਸੌਰੇ ਪਰਿਵਾਰ ਦੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਕੋਮਲ ਜੀ ਬਹੁਤ-ਬਹੁਤ ਮੁਬਾਰਕਾਂ ਹਮੇਸ਼ਾ ਕਮਲ ਦੀ ਕਲੀਆਂ ਵਾਂਗ ਖਿੜੇ ਰਹੋ ਔਰ ਮੈਕਾ ਵੰਦੇ ਰਹੋ ਜਿੱਥੇ ਵੀ ਜਾਓ ਖੁਸ਼ੀਆਂ ਖੇੜੇ ਤੁਹਾਨੂੰ ਮਿਲਣ ਔਰ ਆਇਦਾ ਦਿਨ ਬਹੁਤ ਖੂਬਸੂਰਤ ਹੋਵੇ ਬਹੁਤ ਚੰਗੀਆਂ ਯਾਦਾਂ ਤੁਹਾਨੂੰ ਦੇ ਕੇ ਜਾਵੇ ਜਿੱਥੇ ਸੌਰਾ ਪਰਿਵਾਰ ਪੇਕੇ ਪਰਿਵਾਰ ਤੁਹਾਨੂੰ ਬਹੁਤ ਸਾਰੀਆਂ ਅਸੀਸਾਂ ਦੇ ਰਿਹਾ ਹੈ ਸ਼ੁਭ ਕਾਮਨਾਵਾਂ ਦੇ ਰਿਹਾ ਹੈ ਉਥੇ ਡੀਡੀ ਪੰਜਾਬੀ ਵੀ ਤੁਹਾਨੂੰ ਸ਼ੁਭ ਕਾਮਨਾਵ ਅਸਤੇ ਵਸਤੇ ਰਹੋ ਪਰਮਜੀਤ ਸਿੰਘ ਵੀ ਆਪਣਾ ਜਨਮ ਦਿਨ ਅੱਜ ਮਨਾ ਰਹੇ ਨੇ ਮੁਬਾਰਕਾਂ ਪੇਸ਼ੀਆਂ ਨੇ ਅੱਜ ਦੇ ਸ਼ੁਭ ਦਿਨ ਦੀਆਂ ਉਹਨਾਂ ਦੇ ਪਿਤਾ ਜੀ ਸ਼੍ਰੀ ਕਿਰਪਾਲ ਸਿੰਘ ਤੇ ਮਾਤਾ ਕੁਲਵੰਤ ਕੌਰ ਵੀਰ ਗੁਰਪ੍ਰੀਤ ਸਿੰਘ ਤੇ ਭੈਣ ਅਮਨਦੀਪ ਕੌਰ ਪਤਨੀ ਹਨੀਸ਼ਾ ਬੇਟਾ ਗੁਨਾ ਸਿੰਘ ਪਤੀ ਜੀ ਸੰਮਰੀਤ ਸਿੰਘ ਗੁਨਵੀਰ ਸਿੰਘ ਤੇ ਸਾਰੇ ਰਿਸ਼ਤੇਦਾਰ ਤੇ ਬੂਖ ਪਰਿਵਾਰ ਦੇ ਵੱਲੋਂ ਪਰਮਜੀਤ ਸਿੰਘ ਨੂੰ ਮੁਬਾਰਕਾਂ ਨੇ ਬਹੁਤ ਬਹੁਤ ਮੁਬਾਰਕਾਂ ਹੋਣ ਜ਼ਿੰਦਗੀ ਦੇ ਵਿੱਚ ਕਾਮਯਾਬੀਆਂ ਤੁਹਾਨੂੰ ਮਿਲਣ ਅੱਗੇ ਵਧੋ ਔਰ ਚੰਗੇ ਚੰਗੇ ਦਿਨ ਆਉਣ ਔਰ ਸਾਰੀਆਂ ਹੀ ਖੁਸ਼ੀਆਂ ਤੁਹਾਨੂੰ ਮਿਲਣ ਔਰ ਜ਼ਿੰਮੇਵਾਰੀਆਂ ਜਿੱਥੇ ਤੁਹਾਡੇ ਕੋਲ ਨੇ ਉਹਨਾਂ ਨੂੰ ਬਹੁਤ ਸੋਹਣੇ ਬਖੂਬੀ ਤਰੀਕੇ ਦੇ ਨਾਲ ਨਿਭਾਓ پرمایاں لمبیاں امرا کرے اگلی مبارکباد نردر کمار جی ہاں جنم دن ہے دا آج اور انہوں نے مبارکا بھیجی ترم پتنی کانتا دیوی جی انہوں دے ماتا پتا جی ਜੋਗਿੰਦਰ ਕੁਮਾਰ ਨਿਰੰજન ਕੌਰ ਤੇ ਬੇਟਾ ਬੇਟੀ ਸੁਨੀਹਾ ਰੋਬਿਨ ਤੇ ਉਹਨਾਂ ਦੇ ਭੈਣ ਤੇ ਜੀਜਾ ਜੀ ਨੀਲਮ ਰਾਣੀ ਮੰਗਲਦਾ ਸੁਨੀਤਾ ਰਾਣੀ ਤੇ ਪਿੰਕਲ ਕੁਮਾਰ ਦੇ ਵੱਲੋਂ ਮੁਬਾਰਕਾਂ ਨੇ ਬਹੁਤ ਬਹੁਤ ਮੁਬਾਰਕਾਂ ਹੋਣ ਤੁਹਾਨੂੰ ਪਰਮਾਤਮਾ ਬਹੁਤ ਖੁਸ਼ੀਆਂ ਦੇਵੇ ਲੰਬੀਆਂ ਉਮਰਾਂ ਦੇਵੇ ਤੰਦਰੁਸਤੀ ਦੇਵੇ ਔਰ ਇਹ ਸਾਰੇ ਪਰਿਵਾਰ ਦੇ ਜੀ ਆਨ ਆ ਤੁਸੀਂ ਹੱਸ ਕੇ ਰਲ ਮਿਲ ਕੇ ਇਕਜੁੱਟ ਹੋ ਕੇ ਬਸ ਇਸੇ ਤਰ੍ਹਾਂ ਹੀ ਖੁਸ਼ੀਆਂ ਵੰਡਦੇ ਰਹੋ ਅੱਜ ਦਾ ਦਿਨ ਤੁਹਾਡੇ ਲਈ ਬਹੁਤ ਖਾਸ ਹੋਵੇ ਤੇ ਸਾਰੀਆਂ ਮੁਬਾਰਕਾਂ ਸੱਤ ਪਰਿਵਾਰ ਜਨਮ ਦਿਨ ਮਨਾ ਰਹੇ ਨੇ ਅਮਰਿਤਕਾਰ ਜੀ ਸੋ ਬਹੁਤ ਬਹੁਤ ਮੁਬਾਰਕਾ ਹੋਣ ਉਹਨਾਂ ਨੂੰ ਮਾਤਾ ਪਿਤਾ ਜੀ ਅਜਮੇਰ ਸਿੰਘ ਲਾਖੌਰ ਤੇ ਉਹਨਾਂ ਦੇ ਪਤੀ ਅਵਤਾਰ ਸਿੰਘ ਤੇ ਸਾਰੇ ਪਰਿਵਾਰ ਰਿਸ਼ਤੇਦਾਰ ਤੇ ਪਿਆਰੀਆਂ ਬੇਟੀਆਂ ਖੁਸ਼ਲੀਨ ਤੇ ਖੁਸ਼ਨੀਤ ਤੇ ਬਹੁਤ ਮੁਬਾਰਕਾਂ ਆਈਆਂ ਨੇ ਜਿੱਥੇ ਮਾਵਾਂ ਦੀਆਂ ਦੋ ਦੋ 3 ਹੁੰਦੀਆਂ ਨੇ ਉੱਥੇ ਰੱਜ ਰੱਜ ਕੇ ਖੁਸ਼ੀਆਂ ਵੀ ਹੁੰਦੀਆਂ ਨੇ ਹਮੇਸ਼ਾ ਖੁਸ਼ੀਆਂ ਦੇ ਨਾਲ ਪ੍ਰਮਾਤਮਾ ਨੇ ਤੁਹਾਨੂੰ ਨਿਵਾਜਿਆ ਹੋਇਆ ਹੈ ਔਰ ਆਉਣ ਵਾਲਾ ਸਮਾਂ ਵੀ ਤੁਹਾਡੇ ਲਈ ਬਹੁਤ-ਬਹੁਤ ਖੂਬਸੂਰਤ ਹੋਵੇ ਤੁਸੀਂ ਆਪਣੀ ਜ਼ਿੰਮੇਵਾਰੀਆਂ ਨੂੰ ਬਖੂਬੀ ਤਰੀਕੇ ਨਾਲ ਨਿਭਾਓ ਔਰ ਇਹ ਅਹਿਸਾਸ ਤੁਹਾਨੂੰ ਪ੍ਰਮਾਤਮਾ ਹਮੇਸ਼ਾ ਖੁਸ਼ੀਆਂ ਵਿੱਚ ਦਿੰਦਾ ਰਹੇ ਔਰ ਪ੍ਰਮਾਤਮਾ ਤੁਹਾਨੂੰ ਲੰਬੀਆਂ ਉਮਰਾਂ ਤੰਦਰੁਸਤੀਆਂ ਦੇਵੇ اگلی ورے گاڑ اج منا رہے نے ایک بہت ہی خوبصورت جوڑا نبنیت کور سنگھ گردیپ ہرمنپ کور ہرویر سنگھ بیٹا کب نور سنگھ ماتا جی منجیت کور پتا جی ہری تے ساس سرندر کور تے سورا صاحب ਜਸਵਿੰਦਰ ਸਿੰਘ ਜੀ ਮੁਬਾਰਕਾ ਪੇਜ ਰਨੇ ਬਹੁਤ ਬਹੁਤ ਸ਼ੁਭਕਾਮਨਾਵਾਂ ਤੁਹਾਨੂੰ ਤੁਹਾਡੇ ਵਿਆਹ ਦੀ ਵਰੇ ਗਣ ਦੀਆਂ ਪ੍ਰਮਾਤਮਾ ਤੁਹਾਨੂੰ ਇਸੇ ਤਰ੍ਹਾਂ ਹੀ ਬਹੁਤ ਬਹੁਤ ਅਸੀਸਾਂ ਦੇਵੇ ਔਰ ਜਿੱਥੇ ਤੁਸੀਂ ਸਿੱਖੀ ਸਰੂਪ ਸਿੱਖੀ ਬਾਣੇ ਦੇ ਵਿੱਚ ਹੋ ਇਹ ਤਸਵੀਰ ਬਹੁਤ ਖੂਬਸੂਰਤ ਹੈ ਔਰ ਇਸੇ ਤਰ੍ਹਾਂ ਹੀ ਇੱਕ ਦੂਸਰੇ ਦਾ ਸਾਥ ਵੀ ਬੰਨਦੇ ਰਹੋ ਪ੍ਰਮਾਤਮਾ ਤੁਹਾਨੂੰ ਬਹੁਤ ਖੁਸ਼ੀਆਂ ਦੇਵੇ ਆਉਣ ਵਾਲਾ ਸਮਾਂ ਬਹੁਤ ਖੁਸ਼ੀਆਂ ਲੈ ਕੇ ਆਵੇ ਤੁਹਾਡੇ ਲਈ ਇੱਕ ਦੂਸਰੇ ਦੇ ਅਹਿਸਾਸ ਦੇ ਨਾਲ ਇੱਕ ਦੂਸਰੇ ਦੇ ਸਾਥ ਦੇ ਨਾਲ ਜ਼ਿੰਦਗੀ ਤੁਹਾਡੀ ਬਹੁਤ ਬਹੁਤ ਖੂਬਸੂਰਤ ਹੋਵੇ ਪ੍ਰਮਾਤਮਾ ਇਹ ਸਫ਼ਰ ਨਾਵਾ ਤੁਹਾਨੂੰ ਇਹਤ ਬੇहद ਖੁਸ਼ੀਆਂ ਵੰਡਾ ਦੇਵੇ ਅਗਲੀ ਮੁਬਾਰਕ ਬਾਦ ਵਿਆਦੀ ਵਰੇ ਗੰਦੀ ਅਸੀਂ ਦਿੰਦੇ ਹਾਂ 7 ਅਪ੍ਰੈਲ ਸੁਖਜੀਤ ਸਿੰਘ ਤੇ ਸੰਦੀਪ ਕੌਰ ਮਾਤਾ ਜੀ ਪਿਤਾ ਜੀ ਕਮਲਜੀਤ ਕੌਰ ਤੇ ਜੋਗਿੰਦਰ ਸਿੰਘ ਮਲਤਾਨੀ ਵੀਰ ਤੇ ਭਾਬੀ ਜੀ ਇੰਦਰਜੀਤ ਸਿੰਘ ਤੇ ਮਨਪ੍ਰੀਤ ਕੌਰ ਪਹਿਣਾ ਤੇ ਜੀਜਾ ਜੀ ਸੁਖਵਿੰਦਰ ਕੌਰ ਤੇ ਸੁਰਮੇਲ ਸਿੰਘ ਤੇ ਬੇਟੀ ਅਰਵਿੰਨ ਕੌਰ ਭਾਂਜਾ ਤੇ ਭਾਂਜੀ ਐਰੀ ਤੇ ਐਵੀ ਦੇ ਵੱਲੋਂ ਮੁਬਾਰਕਾਂ ਆਈਆਂ ਨੇ ਸੋ ਬਹੁਤ ਬਹੁਤ ਮੁਬਾਰਕਾਂ ਹੋਣ ਖਾਸ ਦਿਨਾਂ ਉਤੇ ਜਦੋਂ ਬੱਚੇ ਵੀ ਬਹੁਤ ਖੁਸ਼ ਹੁੰਦੇ ਨੇ ਤੇ ਸਾਰੇ ਪਰਿਵਾਰ ਦੇ ਜੀ ਰਲ ਮਿਲ ਕੇ ਨਵੇਂ-ਨਵੇਂ ਪਕਵਾਨ ਵੀ ਟਰਾਈ ਕਰਦੇ ਨੇ ਔਰ ਖਾਸ ਪਕਵਾਨ ਵੀ ਬਣਾਏ ਜਾਂਦੇ ਨੇ ਤੋ ਇਹ ਖੁਸ਼ੀਆਂ ਹਮੇਸ਼ਾ ਖੇੜੇ ਤੁਹਾਡੇ ਘਰਾਂ ਦੇ ਵਿੱਚ ਰਹਿਣ ਔਰ ਤੁਸੀਂ ਬਹੁਤ ਖੂਬਸੂਰਤੀ ਦੇ ਨਾਲ ਅੱਜ ਦਾ ਦਿਨ ਇਹ ਸੈਲੀਬ੍ਰੇਟ ਕਰੋ ਪਰਮਾਤਮਾ ਤੁਹਾਡੇ ਦੋਨਾਂ ਨੂੰ ਇਸ ਰਿਸ਼ਤੇ ਨੂੰ ਲੰਬੀਆਂ ਉਮਰਾਂ ਦੇਵੇ ਔਰ ਹੱਸ-ਹੱਸ ਕੇ ਖੇੜ-ਖੇੜ ਕੇ ਜ਼ਿੰਦਗੀ ਨੂੰ ਖੂਬਸੂਰਤ ਪਲਾਂ ਦੇ ਵਿੱਚ ਇੰਜੋਏ ਕਰਦੇ ਰਹੋ ਅਗਲੀ ਮੁਬਾਰਕ ਬਾਤ ਵਿਆਦੀ ਵਰੇ ਗੰਤੀ ਅੱਜ ਇਨਾਂ ਦਾ ਵਿਆਹ ਹੋਇਆ ਸੀ ਉਹਨਾਂ ਦਾ ਨਾਮ ਹੈ ਕਿਰਨਪ੍ਰੀਤਕੌਰ ਤੇ ਸੁਮੇਤ ਸਿੰਘ ਸੋ ਇਨਾਂ ਨੂੰ ਵਿਆਦੀ ਬਰੇਗਾਂ ਦੀਆਂ ਮੁਬਾਰਕਾਂ ਦਿੰਦੇ ਹਾਂ ਇਹਨਾਂ ਦੇ ਬੇਟੇ ਹਰਪ੍ਰੀਤ ਸਿੰਘ ਤੇ ਇਹਨਾਂ ਦੇ ਫੈਮਲੀ ਮੈਂਬਰ ਤੇ ਸਾਰੇ ਪਰਿਵਾਰ ਦੇ ਵੱਲੋਂ ਤੇ ਜਿਹੜੀ ਪੰਜਾਬੀ ਵੱਲੋਂ ਬਹੁਤ-ਬਹੁਤ ਮੁਬਾਰਕਾਂ ਨੇ ਇਹ ਸਫ਼ਰ ਬਹੁਤ ਸੋਹਣਾ ਹੋਵੇ ਖੂਬਸੂਰਤ ਹੋਵੇ ਕਾਮਯਾਬੀਆਂ ਵੱਲ ਤੁਹਾਨੂੰ ਲੈ ਕੇ ਜਾਵੇ ਜਿੱਥੇ ਇੱਕ ਦੂਸਰੇ ਦਾ ਸਾਥ ਤੁਹਾਨੂੰ ਬਹੁਤ-ਬਹੁਤ ਮੂੰਦਾ ਹੋਵੇ ਉੱਥੇ ਨਾਲ ਦੀ ਨਾਲ ਪਰਿਵਾਰ ਦੀ ਸਾਰੀ ਜ਼ਿੰਮੇਵਾਰੀਆਂ ਨੂੰ ਵੀ ਬਖੂਬੀ ਤਰੀਕੇ ਦੇ ਨਾਲ ਨਿਭਾਉਂਦੇ ਰਹੋ ਢੇਰ ਸਾਰੀਆਂ ਮੁਬਾਰਕਾਂ ਅਗਲੀ ਮੁਬਾਰਕ ਬਾਦ ਵਿਆਹ ਦੀ ਵਰੇਗਣ ਦੀ ਔਰ 7 ਅਪ੍ਰੈਲ ਮਨਾ ਰਹੇ ਨੇ ਹਰਜੀਤ ਕੌਰ ਲਖਵੀਰ ਸਿੰਘ ਜੀ ਆਪਣੇ ਵਿਆਦੀ ਵਰੇਗਣ ਦੇ ਤੌਰ ਤੇ ਬਹੁਤ ਬਹੁਤ ਮੁਬਾਰਕਾਂ ਹੋਣ ਬੇਟੀ ਗੁਰਪ੍ਰੀਤ ਕੌਰ ਨੇ ਪੇ ਜੀਆਂ ਨੇ ਮੁਬਾਰਕਾਂ ਜਵਾਈ ਤੇ ਬੇਟੀਆਂ ਕੁਲਦੀਪ ਸਿੰਘ ਤੇ ਗੁਰਪ੍ਰੀਤ ਕੌਰ ਕੁਲਦੀਪ ਸਿੰਘ ਤੇ ਰਾਜਵਿੰਦਰ ਕੌਰ ਪੁੱਤ ਤੇ ਨੋਹਾ ਗੁਰਦੀਪ ਸਿੰਘ ਤੇ ਗੁਰਪ੍ਰੀਤ ਕੌਰ ਗੁਰਪ੍ਰੀਤ ਸਿੰਘ ਤੇ ਕੋਮਲਪ੍ਰੀਤ ਕੌਰ ਪਹਿਣਾ ਤੇ ਭਰਾ ਤੇ ਪਰਜਾਈਆਂ ਸਾਰੇ ਤੇ ਪਿੱਕੇ ਪਰਿਵਾਰ ਦੇ ਵੱਲੋਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਇਸ ਸੋਹਣੇ ਰਿਸ਼ਤੇ ਨੂੰ ਜਿਹੜੀ ਪੰਜਾਬੀ ਵੱਲੋਂ ਵੀ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਹੋਣ ਔਰ ਬੜੇ ਸੋਹਣੇ ਹੋਰ ਦਿਨ ਵੀ ਆਉਣ ਜਿੱਥੇ ਤੁਹਾਨੂੰ ਲੱਗੇ ਕਿ ਅੱਜ ਵਿਆਹ ਦੀ ਵਰੇਗਾਹ ਦੀ ਹੈ ਮਤਲਬ ਇਸ ਤਰੀਕੇ ਦੇ ਨਾਲ ਜਸ਼ਨ ਮਨਾਓ ਕਿ ਹਰ ਦਿਨ ਤੁਹਾਡੇ ਲਈ ਜਸ਼ਨਾ ਵਾਲਾ ਹੀ ਹੋਵੇ ਖੂਬਸੂਰਤੀ ਵਾਲਾ ਹੋਵੇ ਔਰ ਇਹ ਅਹਿਸਾਸ ਇੱਕ ਦੂਸਰੇ ਨੂੰ ਦਿੰਦੇ ਰਹੋ ਪ੍ਰਮਾਤਮਾ ਲੰਬੀਆਂ ਉਮਰਾਂ ਦੇਵੇ ਇਸ ਸਫਰ ਨੂੰ ਇਸ ਰਿਸ਼ਤੇ ਨੂੰ ਅਗਲੀ ਮੁਬਾਰਕਬਾਦ ਕੁਲਜੀਤ ਗੌਰ ਤੇ ਦਸਵਿੰਦਰ ਪਾਲ ਜੀ ਨੂੰ ਮਿਲ ਰਹੀਆਂ ਨੇ ਕਿਉਂਕਿ ਅੱਜ ਦੇ ਦਿਨ ਉਹਨਾਂ ਦਾ ਵਿਆਹ ਹੋਇਆ ਸੀ ਤੇ ਵਿਆਹ ਦੀ ਵਰੇਗਾਹ ਦੀਆਂ ਮੁਬਾਰਕਾਂ ਭੇਜਿਆ ਨੇ ਬੇਟਾ ਵਿਕਰਮਜੀਤ ਤੇ ਬੇਟੀ ਸੁਖਮਨ ਜੋਤ ਕੌਰ ਜਵਾਈ ਨਵਨੀਤ ਸਿੰਘ ਭੈਣ ਰਣਜੀਤ ਕੌਰ ਪਤੀਜੇ ਕਰਨ ਮਨਮੋਹਿਤ ਅਸ ਸੋਰਾ ਪਰਿਵਾਰ ਤੇ ਪੀਕਾ ਪਰਿਵਾਰ ਮੁਬਾਰਕਾ ਦੇ ਰਿਹਾ ਹੈ ਸੋ ਬਹੁਤ ਬਹੁਤ ਮੁਬਾਰਕਾ ਹੋਣ ਇਸ ਪਿਆਰੀ ਜੋੜੀ ਨੂੰ ਪਰਮਾਤਮਾ ਦਾ ਓਟ ਆਸਰਾ ਲੈ ਕੇ ਜ਼ਿੰਦਗੀ ਦੇ ਵਿੱਚ ਜਦੋਂ ਅਸੀਂ ਅੱਗੇ ਵਧਦੇ ਹਾਂ ਇਸੇ ਖੂਬਸੂਰਤ ਹਮਸਫਰ ਦੇ ਜਿਹੜੇ ਰਾਹ ਦੇ ਵਿੱਚ ਪੈਂਦੇ ਹੋਏ ਕੋਈ ਵੀ ਮੁਸ਼ਕਲਾਂ ਹੋਣ ਤਾਂ ਫਿਰ ਆਪਣੇ ਆਪ ਹੀ ਇੱਕ ਦੂਸਰੇ ਦਾ ਸਾਥ ਜਿਹੜਾ ਸਭ ਚੀਜ਼ਾਂ ਨੂੰ ਜਿਹੜਾ ਹੈ ਸਭ ਮੁਸ਼ਕਲਾਂ ਨੂੰ ਦੂਰ ਕਰ ਦਿੰਦਾ ਹੈ ਬਸ ਇਸੇ ਤਰ੍ਹਾਂ ਹੀ ਖੂਬਸੂਰਤੀ ਵਾਲੇ ਦਿਨ ਆਉਂਦੇ ਰਹਿਣ ਬਸ ਇੱਕ ਦੂਸਰੇ ਦੇ ਨਾਲ ਪਿਆਰ ਦੇ ਨਾਲ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਆਂ ਔਰ ਇੱਕ ਦੂਸਰੇ ਦਾ ਖਾਸ ਖਿਆਲ ਰੱਖਦੇ ਆਂ ਹੋਇਆ ਇਹ ਦਿਨ ਮਨਾਉਂਦੇ ਰਹੋ ਬਹੁਤ-ਬਹੁਤ ਮੁਬਾਰਕਾ ਹੋਣ ਵਿਵਾਹ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਛਪਰਿਆਲ ਜਨਮ ਦਿਨ ਹੈ ਉਸ ਦਾ ਔਰ ਮਾਤਾ ਜੀ ਪਿਤਾ ਜੀ ਜਯਦੀਪti ਮਾਨਤੇ ਰਵਿਆti ਮਾਨ ਉਹਨਾਂ ਦੇ ਜਿਹੜੇ ਦਾਦੀ ਜੀ ਦਾਦੀ ਦਾਦਾ ਜੀ ਨੇ ਵਿਨੋਦ ਕੁਮਾਰ ਤੇ ਰਜਨੀ ਪੂਆ ਫੂਫਰ ਜੀ ਦੀਪਿਕਾ ਦਿਨੇਸ਼ ਤੇ ਉਹਨਾਂ ਦੇ ਜਿਹੜੇ ਕਜ਼ਨ ਭਰਾ ਨੇ ਦਿਵਾਂਸ਼ ਦੇ ਵੱਲੋਂ ਮੁਬਾਰਕਾਂ ਆਈਆਂ ਨੇ ਵਿਵਹਾਨ ਨੂੰ ਬਹੁਤ ਬਹੁਤ ਮੁਬਾਰਕਾਂ ਵਿਵਹਾਨ ਆਉਣ ਵਾਲਾ ਸਮਾਂ ਬਹੁਤ ਸੋਹਣਾ ਹੋਵੇ ਹਰ ਦਿਨ ਵੱਡੇ ਹੋਵੇ ਇਸੇ ਤਰ੍ਹਾਂ ਹੀ ਜਸ਼ਨ ਮਨਾਓ ਮਾਤਾ ਪਿਤਾ ਦੀ ਅਗਿਆਕਾਰੀ ਬਣੋ ਔਰ ਪ੍ਰਮਾਤਮਾ ਤੁਹਾਨੂੰ ਵੱਡੇ ਹੋ ਕੇ ਬਹੁਤ ਬਹੁਤ ਕਾਮਯਾਬੀਆਂ ਦੇਵੇ ਠੇਢ ਸਾਰੀਆਂ ਮੁਬਾਰਕਾਂ ਹੋਣ ਜਨਮ ਦਿਨ ਦੀਆਂ ਅਮਨ ਕੰਬੋ ਵੀ ਆਪਣਾ ਜਨਮ ਦਿਨ ਮਨਾ ਰਹੇ ਨੇ 8 ਅਪ੍ਰੈਲ ਦਾ ਔਰ ਅਮਨ ਨੂੰ ਮੁਬਾਰਕਾ ਪੇਜਿਆ ਨੇ ਦਾਦੀ ਸੁਜੀਤ ਕੌਰ ਮਮੀ ਪਾਪਾ ਭੈਣ ਜੋਤੀ ਤੇ ਦਾਦਕਾ ਨਾਨਕਾ ਪਰਿਵਾਰ ਟੀਰ ਸਾਰਿਆਂ ਮੁਬਾਰਕਾ ਦੇ ਰਿਹਾ ਹੈ ਕਿੰਨੀ ਸੋਹਣੀ ਤਰੀਕੇ ਨਾਲ ਫੋਟੋ ਖਿਚਾਈ ਹੈ ਨਾ ਤੇ ਮੈਨੂੰ ਤਾਂ ਐਂ ਹੀ ਲੱਗਦਾ ਸੀ ਕਿ ਸਾਹਮਣੇ ਮੇਰੇ ਬੈਠਾ ਔਰ ਮੈਨੂੰ ਪੁੱਛ ਰਿਹਾ ਹੈਗਾ ਕਿ ਹਾਂਜੀ ਮੈਨੂੰ ਮੁਬਾਰਕਾ ਦੇ ਰਿਹਾ ਜਨਮ ਦਿਨ ਦੀਆਂ ਤੇ ਮੈਂ ਮੁਬਾਰਕਾ ਤੁਹਾਨੂੰ ਦੇਤੀਆਂ ਅਮਨ ਸੋ ਬਹੁਤ ਬਹੁਤ ਮੁਬਾਰਕਾ ਹੋਣ ਬਹੁਤ ਪਿਆਰ ਮਿਲੇ ਤੁਹਾਨੂੰ ਵੱਡਿਆਂ ਤੋਂ ਅਸੀਸਾਂ ਮਿਲਣ ਤੁਸੀਂ ਹਰ ਦਿਨ ਬਹੁਤ ਸੋਹਣੀ ਤਰੀਕੇ دے نال مناؤ اور خوشیاں کھیڑیاں دے نال اپنی زندگی کےماتما لمبیاں عمرہ کرے اور وڈے ہو کے خوب کامیابیاں تو ہانو ملن تیر ساریاں ٹیر دور درشن دے والوں ਅਗਲੇ ਮੁਬਾਰਕਬਾਦ 8 ਅਪ੍ਰੈਲ ਦੀ ਦੀਪ ਰੂਪਾਣਾ ਨੂੰ ਦਿੰਦੇ ਹਾਂ ਦਾਦਾ ਜੀ ਦਾਦੀ ਮਾ ਮਮੀ ਰਾਜਵੀਰ ਕੌਰ ਪਪਾ ਅਵਤਾਰ ਸਿੰਘ ਚਾਚਾ ਮਲਕੀ ਸਿੰਘ ਚਾਚੀ ਸੁਖਵਿੰਦਰ ਕੌਰ ਪੂਆ ਫੂਫਰ ਜੀ ਮੁਬਾਰਕਾ ਪੇਜ ਰਹੇ ਨੇ ਜਗਦੀਸ਼ ਕੌਰ ਤੇ ਰਣਜੀਤ ਕੌਰ ਭੈਣ ਮੁਸਕਾਨ ਰੂਪਾਣਾ ਪ੍ਰਾਜ ਅਪਨੂਰ ਰੂਪਾਣਾ ਤੇ ਭਵਨ ਜੋਤ ਦੇ ਵੱਲ ਮੁਬਾਰਕਾਨੇ ਦੀਪ ਰੂਪਾਣਾ ਨੂੰ ਬਹੁਤ ਬਹੁਤ ਮੁਬਾਰਕਾ ਪ੍ਰਮਾਤਮਾ ਬਹੁਤ ਖੁਸ਼ੀਆਂ ਦੇਵੇ ਜ਼ਿੰਦਗੀ ਬਹੁਤ ਸੋਹਣੀ ਹੋਵੇ ਖੂਬਸੂਰਤ ਹੋਵੇ ਔਰ ਦੀਪ ਹਮੇਸ਼ਾ ਜਿੱਦਾਂ ਕਹਿੰਦੇ ਨਾ ਹਨੇਰੇ ਦੇ ਵਿੱਚ ਇੱਕ ਦੀਪ ਜਗਾ ਦੋ ਤੇ ਸਾਰੀ ਰੋਸ਼ਨੀ ਦੇ ਨਾਲ ਹਨੇਰਾ ਦੂਰ ਹੋ ਜਾਂਦਾ ਹੈ ਇਸੇ ਤਰ੍ਹਾਂ ਹੀ ਤੁਹਾਡੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਰੋਸ਼ਨੀ ਹੋਵੇ ਔਰ ਇਹ ਰੋਸ਼ਨੀ ਦੇਵੇ ਤੁਸੀਂ ਹੋਰਾਂ ਦੀ ਜ਼ਿੰਦਗੀ ਦੇ ਵਿੱਚ ਵੀ ਰੋਸ਼ਨ ਕਰਦੇ ਰਹੋ ਬਹੁਤ-ਬਹੁਤ ਮੁਬਾਰਕਾ ਹੋਣ ਦिशाਪ੍ਰੀਤ कौर ਨੂੰ ਜਨਮ ਦਿਨ ਦੀਆਂ ਮੁਬਾਰਕਾਂ 6 ਅਪ੍ਰੈਲ ਜਨਮ ਦਿਨ ਹੈ ਨਾਨਾ ਨਾਨੀ ਗੁਰਚਰਨ ਸਿੰਘ ਦਵਿੰਦਰ ਕੌਰ ਤੇ ਉਹਨਾਂ ਦੇ ਮੰਮੀ ਪਾਪਾ ਦਲੀਪ ਸਿੰਘ ਤੇ ਸਿਮਰਜੀਤ ਕੌਰ ਵੱਡੇ ਮੰਮੀ ਪਾਪਾ ਮਾਸੀ ਮਾਸਟਰ ਜੀ ਤੇ ਸਾਰੇ ਹੀ ਮਾਮੀ ਪੈਣਾ ਵੱਲੋਂ ਮੁਬਾਰਕਾ ਆ ਰਹੀਆਂ ਨੇ लवली ਤਨਵੀਰ ਦਿਲਜੋਤ ਤੇ ਪ੍ਰਾਜੈ ਦੀਪ ਸਾਜਨ ਪਵਨ ਦੇ ਵੱਲੋਂ ਮੁਬਾਰਕਾਂ ਨੇ ਦिशाਪ੍ਰੀਤ ਨੂੰ ਬਹੁਤ-ਬਹੁਤ ਮੁਬਾਰਕਾ ਬਹੁਤ ਸੋਨਾ ਅਹਿਸਾਸ ਹੈ ਆਪਣਿਆਂ ਦਾ ਔਰ ਇਹ ਆਪਣੇ ਤੁਹਾਡੇ ਨਾਲ ਹਮੇਸ਼ਾ ਬਣੇ ਰਹਿਣ ਜਿੱਥੇ ਕਹਿੰਦੇ ਨਾ ਤੀਆਂ ਨੂੰ ਇੱਕ ਸਪੋਰਟ ਦੀ ਲੋੜ ਹੁੰਦੀ ਹੈ ਹਮੇਸ਼ਾ ਉਹਨਾਂ ਦੇ ਨਾਲ ਭੈਣ ਭਰਾ ਮਾਪੇ ਖੜੇ ਰਹਿਣ ਸਾਰੇ ਰਿਸ਼ਤੇਦਾਰ ਕਰੇ ਰਹਿਣ ਤਾਂ ਹੀ ਤੀਆਂ ਤਰੱਕੀਆਂ ਕਰਦੀਆਂ ਨੇ ਇਹ ਤਰੱਕੀਆਂ ਤੁਹਾਨੂੰ ਮਿਲਣ ਜ਼ਿੰਦਗੀ ਦੇ ਵਿੱਚ ਅੱਗੇ ਵਧੋ ਖੁਸ਼ੀਆਂ ਖੇੜੇ ਦੇ ਨਾਲ ਇੰਜੋਏ ਕਰੋ ਆਪਣਾ ਜਨਮ ਦਿਨ ਅਗਲੀ ਮੁਬਾਰਕ ਬਾਤ ਰਾਧਿਕਾ ਨੂੰ ਦਿੰਦੇ ਹਾਂ ਜਨਮ ਦਿਨ ਹੈ ਉਹਨਾਂ ਦਾ 8 ਅਪ੍ਰੈਲ ਦਾ ਔਰ ਮਾਤਾ ਪਿਤਾ ਜੀ ਵੀਨਾ ਕੁਮਾਰੀ ਤੇ ਮੁਲਕ ਰਾਜ ਤੇ ਉਹਨਾਂ ਦੇ ਦਾਦਾ ਦਾਦੀ ਮਾ ਹਰਬੰਸ ਕੌਰ ਤੇ ਜਗਿੰਦਰ ਪਾਲ ਮਾਸੀ ਮਾਸ ਜੀ ਮਾਮਾ ਮਾਮੀ ਤੇ ਉਹਨਾਂ ਦੇ ਜਿਹੜੇ ਭਰਾ ਨੇ ਨਿਤਨ ਸਿਮਰ ਤੇ ਉਹਨਾਂ ਦੀਆਂ ਭੈਣਾਂ ਖੁਸ਼ੀ ਅਰੂਸ਼ੀ ਤੇ ਰਿਧिमा ਵੱਲੋਂ ਮੁਬਾਰਕਾਂ ਰੇ ਬਹੁਤ ਬਹੁਤ ਮੁਬਾਰਕਾਂ ਹੋਣ ਸਾਰੇ ਰੰਗ ਬਹੁਤ ਫੱਬਣ ਤੁਹਾਡੇ ਉੱਤੇ ਜ਼ਿੰਦਗੀ ਬਹੁਤ ਸੋਹਣੀ ਹੋਵੇ ਰੰਗਾਂ ਦੇ ਨਾਲ ਹਮੇਸ਼ਾ ਖੁਸ਼ੀਆਂ ਕਿਹੜੇ ਮਨਾਉਂਦੇ ਰਹੋ ਖੂਬ ਪੜੋ ਤਰਕੀਆਂ ਕਰੋ ਜ਼ਿੰਦਗੀ ਦੇ ਵਿੱਚ ਅੱਗੇ ਵਧੋ ਔਰ ਜ਼ਿੰਦਗੀ ਦਾ ਅਹਿਸਾਸ ਤੁਹਾਨੂੰ ਹਮੇਸ਼ਾ ਖੂਬਸੂਰਤ ਦਿੰਦਾ ਰਹੇ ਮਨਪ੍ਰੀਤ ਕੌਰ ਨੂੰ ਜਨਮ ਦਿਨ ਦੀਆਂ ਮੁਬਾਰਕਾਂ 8 ਅਪ੍ਰੈਲ ਦੀਆਂ ਉਹਨਾਂ ਦੇ ਮਾਤਾ ਪਿਤਾ ਪਰਮਜੀਤ ਕੌਰ ਤੇ ਗੁਰਚੰਟ ਸਿੰਘ ਭੈਣ ਲਾ ਪ੍ਰਿਤਕੌਰ ਦਾਦਾ ਜੀ ਗੁਰਦੇਵ ਸਿੰਘ ਦਾਦੀ ਮਾ ਹਰਬੰਸ ਕੌਰ ਦਾਦਾ ਦਾਦੀ ਦਾ ਮਾਣ ਹੋ ਤੁਸੀਂ ਮਾਵਾਬ ਦਾ ਮਾਣ ਹੋ ਔਰ ਇਹ ਮਾਣ ਹਮੇਸ਼ਾ ਪਰਮਾਤਮਾ ਤੁਹਾਨੂੰ ਉਹਦਾ ਅਹਿਸਾਸ ਦਿਵਾਉਂਦਾ ਰਹੇ ਔਰ ਤੁਸੀਂ ਚੰਗੇ ਤੇ ਨੇਕ ਕੰਮ ਕਰਦੇ ਰਹੋ ਔਰ ਆਪਣੇ ਪਰਿਵਾਰ ਦੀ ਇੱਜ਼ਤ ਪੱਤ ਨੂੰ ਜਿੱਥੇ ਤੁਸੀਂ ਅੱਗੇ ਲੈ ਕੇ ਜਾਣਾ ਹੈ ਉੱਥੇ ਪਰਿਵਾਰ ਵੀ ਹਮੇਸ਼ਾ ਤੁਹਾਨੂੰ ਸਪੋਰਟ ਕਰਦਾ ਰਹੇ ਬਹੁਤ ਖੁਸ਼ੀਆਂ ਮਿਲਣ ਤੁਹਾਨੂੰ ਜ਼ਿੰਦਗੀ ਦੇ ਵਿੱਚ ਕੁਸ਼ਕ ਨੂੰ ਜਨਮ ਦਿਨ ਦੀਆਂ ਮੁਬਾਰਕਾਂ 8 ਅਪ੍ਰੈਲ ਜਨਮ ਦਿਨ ਹੈ ਉਹਨਾਂ ਦੇ ਹਸਬੰਦ ਦਰਸ਼ਨ ਤੇ ਸਾਸੋਹਰਾ ਮੰਮੀ ਪਾਪਾ ਭੈਣਾਂ ਤੇ ਚੀਜੀ ਭਣੇਵੇਂ ਤੇ ਭਨੇਵੀ ਦੇ ਵੱਲੋਂ ਮੁਬਾਰਕਾਂ ਆਈਆਂ ਨੇ ਸੋ ਬਹੁਤ-ਬਹੁਤ ਮੁਬਾਰਕਾਂ ਹੋਣ ਕੁਸ਼ਕ ਜੀ ਤੁਹਾਨੂੰ ਜ਼ਿੰਦਗੀ ਖੂਬਸੂਰਤ ਬਣੇ ਆਉਣ ਵਾਲਾ ਸਮਾਂ ਬਹੁਤ ਖੂਬਸੂਰਤ ਹੋਵੇ ਜਿੱਥੇ ਤੁਸੀਂ ਖੁਸ਼ੀਆਂ ਖੇੜੀਆਂ ਦੇ ਨਾਲ ਆਪਣੇ ਪਰਿਵਾਰ ਦੇ ਵਿੱਚ ਜਨਮ ਦਿਨ ਮਨਾ ਰਹੇ ਹੋ ਔਰ ਇਹ ਜ਼ਿੰਦਗੀ ਬਹੁਤ-ਬਹੁਤ ਸੋਹਣੀ ਹੋਵੇ ਬੜੀਆਂ ਤਰੱਕੀਆਂ ਹੋਣ ਤੁਹਾਡੀ ਹਰ ਇੱਕ ਸ਼ੌਕ ਹਰ ਇੱਕ ਚਾਹ ਤੁਹਾਡਾ ਪੂਰਾ ਹੋਵੇ ਜੀੜੀ ਪੰਜਾਬੀ ਵੱਲੋਂ ਬਹੁਤ-ਬ ਮੁਬਾਰਕਾ ਅਮਨਦੀਪ ਸਿੰਘ ਨੂੰ ਜਨਮ ਦਿਨ ਦੀਆਂ ਮੁਬਾਰਕਾਂ 8 ਅਪ੍ਰੈਲ ਦੀਆਂ ਮਾਤਾ ਰਜਿੰਦਰ ਕੌਰ ਤੇ ਪਿਤਾ ਇਕਬਾਲ ਸਿੰਘ ਭੈਣ ਨਵਜੋਤ ਕੌਰ ਜਸਲ ਜੀਜਾ ਜੀ ਹਰਪੀ ਸਿੰਘ ਜਸਲ ਭਾਣ ਜੀ ਅਵਲীন ਕੌਰ ਜਸਲ ਦੇ ਵੱਲੋਂ ਮੁਬਾਰਕਾਂ ਆਈਆਂ ਨੇ ਖਾਸ ਕਰਕੇ ਨਾ ਉਦੋਂ ਜਨਮ ਦਿਨ ਬਹੁਤ ਖੂਬਸੂਰਤ ਬਣ ਜਾਂਦੇ ਨੇ ਜਦੋਂ ਭਤੀਜੇ ਭਾਣਜੇ ਭਾਣਜੀਆਂ ਮੁਬਾਰਕਾਂ ਭੇਜਦੇ ਨੇ ਸੋ ਭਾਣਜੀ ਨੇ ਮੁਬਾਰਕਾਂ ਭੇਜੀਆਂ ਨੇ ਮਾਮੇ ਨੂੰ ਅਮਨਦੀਪ ਸਿੰਘ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਪ੍ਰਮਾਤਮਾ ਤੁਹਾਨੂੰ ਲੰਬੀਆਂ ਉਮਰਾਂ ਦੇਵੇ ਕਾਮਯਾਬੀ ਦੇਵੇ ਖੁਸ਼ੀਆਂ ਖੇੜੀ ਦੇਣ ਦੇਵੇ ਔਰ ਇਹ ਜ਼ਿੰਦਗੀ ਤੁਹਾਨੂੰ ਬਹੁਤ ਬਹੁ ਜੋ ਜਿੱਥੇ ਪਾਂਜੀ ਦੇ ਨਾਲ ਇਨਾ ਪਿਆਰ ਹੋਵੇ ਉਹ ਵੀ ਤੁਹਾਨੂੰ ਰਜ ਰਜ ਕੇ ਪਿਆਰ ਕਰੇ ਢੇਰ ਸਾਰੀਆਂ ਮੁਬਾਰਕਾਂ ਹੱਸਦੇ ਵਸਦੇ ਰਹੋ ਲੱਪਰਤਾਪ ਸਿੰਘ ਜੀ ਨੂੰ ਜਨਮ ਦਿਨ ਦੀ ਮੁਬਾਰਕਾ ਦਿੰਦੇ ਹਾਂ 8 ਅਪ੍ਰੈਲ ਦੀਆਂ ਨਾਨਾ ਜੀ ਗੋਬਿੰਦ ਸਿੰਘ ਨਾਨੀ ਮਾ ਬਲਵਿੰਦਰ ਕੌਰ ਮਾਤਾ ਪਿਤਾ ਜੀ ਸੁਖਜੀਤ ਕੌਰ ਤੇ ਮਨਜੀਤ ਸਿੰਘ ਭਰਾ ਤੇਜ ਪ੍ਰਤਾਪ ਨਾਨ ਮਨਪ੍ਰੀਤ ਕਾ ਜੀਜਾ ਜੀ ਯਾਦਵਿੰਦਰ ਸਿੰਘ ਤੇ ਦਿਲਸ਼ੇਰ ਸਿੰਘ ਤੇ ਚਾਚਾ ਚਾਚੀ ਦੇ ਵੱਲੋਂ ਮੁਬਾਰਕਾਂ ਆਈਆਂ ਨੇ ਸੋਲਾ ਪ੍ਰਤਾਪ ਸਿੰਘ ਜੀ ਬਹੁਤ ਬਹੁਤ ਮੁਬਾਰਕਾਂ ਹੋਣ ਪ੍ਰਮਾਤਮਾ ਬਹੁਤ ਲੰਬੀਆਂ ਉਮਰਾਂ ਦੇਵੇ ਔਰ ਇਹਨਾਂ ਉਮਰਾਂ ਦੇ ਵਿੱਚ ਤੁਹਾਡੇ ਹਾਸੇ ਹੋਣ ਜ਼ਿੰਦਗੀ ਨੂੰ ਜਿਉੜਦਾ ਇੱਕ ਸੋਹਣਾ ਜਿਹਾ ਬਾਬੂ ਹੋਵੇ ਚੰਗਾ ਢੰਗ ਹੋਵੇ ਔਰ ਆਲੇ ਦੁਆਲੇ ਦਾ ਜਿੱਥੇ ਖਿਆਸ ਖਿਆਲ ਰੱਖਦੇ ਹੋਏ ਕੁਦਰਤ ਦੇ ਨਾਲ ਪਿਆਰ ਕਰਦੇ ਹੋਏ ਬਾਣੀ ਦੇ ਨਾਲ ਮੋਹ ਕਰਦੇ ਹੋਏ ਪ੍ਰਮਾਤਮਾ ਤੁਹਾਡੀ ਲੰਬੀਆਂ ਉਮਰਾਂ ਦੇਵੇ ਖੁਸ਼ੀਆਂ ਦੇਵੇ ਅਗਲੀ ਮੁਬਾਰਕ ਵਾਰ ਹਰਜਿੰਦਰ ਸਿੰਘ ਨੂੰ ਦੇ ਰਹਾ 8 ਅਪ੍ਰੈਲ ਦੀ ਔਰ ਉਹਨਾਂ ਦੇ ਮਾਤਾ ਪਿਤਾ ਜੀ ਮੁਬਾਰਕਾ ਭੇਜ ਰਹੇ ਨੇ ਜਿੱਥੇ ਪਿਤਾ ਜੀ ਅਸੀਸਾ ਦੇ ਰਹੇ ਨੇ ਉੱਥੇ ਮਾਤਾ ਜੀ ਰਣਜੀਤ ਕੌਰ ਉਹਨਾਂ ਦੀ ਧਰਮ ਪਤਨੀ ਰੁਪਿੰਦਰ ਕੌਰ ਤੇ ਬੇਟਾ ਰਮਨ ਪ੍ਰਾਸ ਗੁਵਿੰਦਰ ਤੇ ਉਹਨਾਂ ਦੇ ਜਿਹੜੇ ਹੈਗੇ ਨੇ ਦਲਜੀਤ ਕੌਰ ਗੁਰਮੀਤ ਕੌਰ ਅਮਰਜੀਤ ਪਰਮਜੀਤ ਮਨੀਸ਼ ਣੋ ਸਾਰੇ ਹੀ ਪਰਿਵਾਰ ਦੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਨੇ ਹਰਜਿੰਦਰ ਸਿੰਘ ਨੂੰ ਔਰ ਹਰਜਿੰਦਰ ਸਿੰਘ ਜੀ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਹੋਣ ਜ਼ਿੰਦਗੀ ਬਹੁਤ ਖੁਸ਼ੀਆਂ ਲੈ ਕੇ ਆਵੇ ਖੂਬਸੂਰਤੀ ਦੇ ਨਾਲ ਜ਼ਿੰਦਗੀ ਨੂੰ ਤੁਸੀਂ ਆ ਬਤਿਹਤ ਕਰੋ ਔਰ ਇਹ ਜ਼ਿੰਦਗੀ ਤੁਹਾਡੇ ਲਈ ਬਹੁਤ-ਬਹੁਤ ਕਾਮਯਾਬੀਆਂ ਲੈ ਕੇ ਆਵੇ ਤੰਦਰੁਸਤੀ ਵਾਲਾ ਜੀਵਨ ਹੋਵੇ ਔਰ ਖੁਸ਼ੀਆਂ ਖੇੜੀਆਂ ਵਾਲਾ ਹੋਵੇ ਅਗਲੀ ਮੁਬਾਰਕਬਾਦ ਅਸੀਂ ਦਿੰਦੇ ਹਾਂ ਪਰਮਜੀਤ ਕੌਰ ਕੰਗ ਜੀ ਨੂੰ ਔਰ ਮੁਬਾਰਕਾਂ ਭੇਜੀਆਂ ਨੇ 8 ਅਪ੍ਰੈਲ ਜਨਮ ਦਿਨ ਦੀਆਂ ਉਹਨਾਂ ਦੇ ਪਤੀ ਮਲਵੀਰ ਸਿੰਘ ਕੰਗ ਉਹਨਾਂ ਦਾ ਪੁੱਤਰ ਰਸ਼ਪਾਲ ਸਿੰਘ ਉਹਨਾਂ ਦੀ ਨੋ ਰਾਣੀ ਸੰਦੀਪ ਕੌਰ ਉਹਨਾਂ ਦਾ ਜਿਹੜਾ ਪੋਤਾ ਹੈ ਕਬੀਰ ਸਿੰਘ ਕੰਗ ਤੇ ਉਹਨਾਂ ਦੇ ਭਰਾ ਗੁਰਬਚਨ ਸਿੰਘ ਤੇ ਹਰਜੀਤ ਸਿੰਘ ਭਾਬੀਆਂ ਕਮਲਜੀਤ ਨਰਿੰਦਰ ਕੌਰ ਤੇ ਭੈਣ ਤੇ ਭਾਂਜੀ ਦੇ ਵੱਲੋਂ ਵੀ ਮੁਬਾਰਕਾਂ ਆਈਆਂ ਨੇ ਸੋ ਬਹੁਤ-ਬਹੁਤ ਮੁਬਾਰਕਾਂ ਹੋਣ ਪਰਮਜੀਤ ਜੀ ਤੁਹਾਨੂੰ ਹਮੇਸ਼ਾ ਤਸਵੀਰ ਤੇ ਜਿੱਦਾਂ ਹੱਸ ਰਹੇ ਹੋ ਨਾ ਬਹੁਤ ਸੋਹਣੇ ਲੱਗ ਰਹੇ ਹੋ ਬਹੁਤ ਖੂਬਸੂਰਤ ਸ਼ਾਨਦਾਰ ਤਸਵੀਰ ਹੈ ਔਰ ਅਸਲ ਜ਼ਿੰਦਗੀ ਵੀ ਇਸੇ ਤਰ੍ਹਾਂ ਹੀ ਹੋਵੇ ਪ੍ਰਮਾਤਮਾ ਤੁਹਾਨੂੰ ਬਹੁਤ ਖੁਸ਼ੀਆਂ ਦੇਵੇ ਔਰ ਬਹੁਤ ਸਾਰੇ ਸਮੇਂ ਇਸ ਤਰ੍ਹਾਂ ਦੇ ਆਵੇ ਜਿੱਥੇ ਤੁਸੀਂ ਰੱਜ-ਰੱਜ ਕੇ ਸਾਰਿਆਂ ਨਾਲ ਪਿਆਰ ਕਰੋ ਸੋਹਣੇ-ਸੋਹਣੇ ਆਪਣੇ ਰਿਸ਼ਤੇ ਬਣਾਓ ਔਰ ਇਹਨਾਂ ਰਿਸ਼ਤਿਆਂ ਦੀ ਜਿਹੜੀ ਮਹੱਤਤਾ ਹੈ ਤੁਸੀਂ ਆਉਣ ਵਾਲੀ ਪੀੜ੍ਹੀ ਨੂੰ ਵੀ ਦੱਸਦੇ ਜਾਓ ਜਿੱਥੇ ਪੋਤੇ ਉਸੀ ਤਰ੍ਹਾਂ ਹੀ ਜ਼ਿੰਦਗੀ ਤੁਹਾਡੀ ਖੂਬਸੂਰਤ ਹੋਵੇ ਬਹੁਤ ਬਹੁਤ ਮੁਬਾਰਕਾ ਹੋਣ ਸੋ ਇਹ ਸਾਰੀਆਂ ਮੁਬਾਰਕਾਂ ਜਿੱਥੇ ਅਸੀਂ ਤੁਹਾਨੂੰ ਦੇ ਰਹੇ ਹਾਂ ਉੱਥੇ ਮੁਬਾਰਕਾਂ ਦਾ ਸਿਲਸਿਲਾ ਵੀ ਅੱਗੇ ਹੋਰ ਵਧਾਵਾਂਗੇ ਜੀ ਪਿਆਰੇ ਦਰਸ਼ਕੋ ਚੱਲ ਰਿਹਾ ਪ੍ਰੋਗਰਾਮ ਸੁਣੇ ਹੀ ਔਰ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ भेजी हुई हैं ईमेल्स ते ਤੁਹਾਡੇ ਭੇਜੇ ਹੋਏ ਖੱਤ ਦੇ ਜਵਾਬ ਦੇ ਰਹੇ ਹਾਂ ਤੇ ਮੁਬਾਰਕਾ ਦੇ ਰਹੇ ਹਾਂ ਸੋ ਅਗਲੀ ਮੁਬਾਰਕ ਬਾਤ ਆਪਾਂ ਦਿੰਨੇ ਹਾਂ 8 ਅਪ੍ਰੈਲ ਦੀ ਵਿਆਹ ਦੀ ਬਰੇ ਗਣ ਦੀ ਜਨਕ ਰਾਏ ਤੇ ਬੰਦਨਾ ਰਾਣੀ ਜੀ ਨੂੰ ਔਰ ਬਹੁਤ ਬਹੁਤ ਮੁਬਾਰਕਾ ਹੋਣ ਉਹਨਾਂ ਨੂੰ ਵਿਆਹ ਦੇ ਬਰੇ ਗਣ ਦੀਆਂ ਸੋ ਉਹਨਾਂ ਦੀ ਮੁਬਾਰਕਾ ਜਿਹੜੀਆਂ ਇਸ ਖਾਸ ਦਿਨ ਦੀਆਂ ਭੇਜੀਆਂ ਹੋਈਆਂ ਨੇ ਉਹਨਾਂ ਦੀ ਬੇਟੀ ਕੰਚਨ ਬਾਲਾ ਪ੍ਰਿੰਕਾ ਤੇ ਉਹਨਾਂ ਦੇ ਜਿਹੜੇ ਗ੍ਰੈਂਡਸਨ ਨੇ ਨਖ ਉਹਨਾਂ ਦਾ ਪੁੱਤਰਾ ਪ੍ਰਮੋਦ ਕੁਮਾਰ ਤੇ ਉਹਨਾਂ ਦੀ ਨੋਰਣੀ ਅਨੀ ਮਹਿਤਾ ਦੇ ਵੱਲੋਂ ਮੁਬਾਰਕਾਂ ਆਈਆਂ ਨੇ ਮੱਕੜ ਫੈਮਿਲੀ ਮੁਬਾਰਕਾਂ ਭੇਜ ਰਹੀ ਹੈ ਸੋ ਬਹੁਤ ਬਹੁਤ ਮੁਬਾਰਕਾ ਹੋਣੇ ਜ਼ਿੰਦਗੀ ਦਾ ਸਫ਼ਰ ਬਹੁਤ ਖੂਬਸੂਰਤ ਹੋਵੇ ਔਰ ਬੜਾ ਲੰਮਾ ਪੈਂਦਾ ਜਿਹੜਾ ਪਰਮਾਤਮਾ ਤੁਹਾਨੂੰ ਦੇਵੇ ਹੱਸਦੇ ਵਸਦੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਇਸੇ ਤਰ੍ਹਾਂ ਹੀ ਖੁਸ਼ੀਆਂ ਦਾ ਆਨੰਦ ਮਾਣਦੇ ਰਹੋ। ਮਨਪ੍ਰੀਤ ਕੌਰ ਤੇ ਮਨਜਿੰਦਰ ਸਿੰਘ ਰਖੜਾ ਨੂੰ ਵਿਆਹ ਦੀ ਵਰੇਗਣ ਦੀਆਂ ਮੁਬਾਰਕਾਂ ਦਿੰਦੇ ਹਾਂ। 8 ਅਪ੍ਰੈਲ ਉਹਨਾਂ ਦੀ ਵਿਆਹ ਦੀ ਵਰੇਗਣ ਹੈ। ਮਾਤਾ ਪਿਤਾ ਚਰਨਜੀਤ ਸਿੰਘ ਰਖੜਾ ਤੇ ਮਨਜੀਤ ਕੌਰ ਰਖੜਾ, ਪਰਾਪ ਆਬੀ ਰੁਪਿੰਦਰ ਸਿੰਘ ਗੁਰਪ੍ਰੀਤ ਕੌਰ ਤੇ ਭਤੀਜਾ ਭਤੀਜੀ ਗੁਰਬਲੈਂਸ ਸਿੰਘ ਤੇ ਮੀਤ ਐਂਜਲ ਤੇ ਨਣਾ ਨੰਦੋਇਆ ਅਮਨਦੀਪ ਮਨਿੰਦਰ ਤੇ ਨਣਾ ਅਨਸਤਵਿੰਦਰ ਕੌਰ ਮਨਜਿੰਦਰ ਸਿੰਘ ਦੇ ਸਾਰੇ ਸਾਰੇ ਪਰਿਵਾਰ ਦੇ ਵੱਲੋਂ ਮੁਬਾਰਕਾਂ ਭੇਜ ਮੁਬਾਰਕਾ ਹੋਣ ਜਿੱਥੇ ਇਨੀਆਂ ਸਾਰੀਆਂ ਅਸੀਸਾਂ ਹੋਣ ਸ਼ੁਭਕਾਮਨਾਵਾਂ ਹੋਣ ਉੱਥੇ ਦਿਨ ਦਾ ਮੈਨੂੰ ਲੱਗਦਾ ਹੈ ਬਹੁਤ ਵਧੀਆ ਹੁੰਦਾ ਹੈ ਦਿਨ ਕੀ ਸਾਰਾ ਸਾਲ ਹੀ ਵਧੀਆ ਹੁੰਦਾ ਹੈ ਤੇ ਅਗਲੀ ਵਾਰੀ ਗੰਢ ਵੀ ਤੁਹਾਡੀ ਇਸੇ ਤਰ੍ਹਾਂ ਹੀ ਖੂਬਸੂਰਤੀ ਦੇ ਨਾਲ ਤੁਸੀਂ ਮਨਾਓ ਹੱਸਦੇ ਵਸਦੇ ਰਹੋ ਇੱਕ ਦੂਸਰੇ ਦਾ ਸਾਥ ਦਿੰਦੇ ਰਹੋ ਔਰ ਜ਼ਿੰਦਗੀ ਖੂਬਸੂਰਤ ਹੋਵੇ ਜਿੰਦਾਬਾਦ ਹੋਵੇ ਜ਼ਿੰਦਗੀ ਤੁਹਾਡੀ ਵਲਵਿੰਦਰ ਸਿੰਘ ਤੇ ਕਮਲੇਸ਼ कौर ਵੀ ਆਪਣੀ ਵਿਆਹੀ ਵਰੇਗੰਡ ਮਨਾਣਗੇ 8 ਅਪ੍ਰੈਲ ਨੂੰ ਸੋ ਬਹੁਤ-ਬਹੁਤ ਮੁਬਾਰਕਾ ਹੋਣ ਇਸ ਪਿਆਰੇ ਜੋੜੇ ਨੂੰ ਪੁੱਤਰ ਗਗਨਦੀਪ, ਅਜੇ ਲਵ, ਹਰੀਸ਼, ਅੰਛ, ਭੈਣਾ ਜੈਸਮੀਨ, ਮੋਨਾ, ਕਿਰਨ, ਪਾਵਨਾ, ਵਿਸ਼ਾਲੀ, ਜੇਜਠਾਣੀਆਂ, ਨਿਣਾਣ, ਦੋਈਆਂ ਤੇ ਭੈਣ ਤੇ ਜੀਜਾ ਜੀਤ ਤੇ ਉਹਨਾਂ ਦੀ ਸਾਸੂ ਮਾਂ ਤੇ ਸੋਹਰਾ ਸਾਫ ਸੁਖਰਾਮ ਤੇ ਕੁਲਦੀਪਕੌਰ ਦੇ ਵੱਲੋਂ ਮੁਬਾਰਕਾ ਆਈਆਂ ਨੇ ਸੋ ਬਹੁਤ-ਬਹੁਤ ਮੁਬਾਰਕਾ ਹੋਣ ਜ਼ਿੰਦਗੀ ਦੇ ਵਿੱਚ ਇਸੇ ਤਰ੍ਹਾਂ ਹੀ ਹੱਸਦੇ ਵਾਸਦੇ ਰੋ ਘਰ ਪਰਿਵਾਰ ਦੇ ਜੀਵਾਂ ਦੇ ਨਾਲ ਰਲ ਮਿਲ ਕੇ ਬੈਠੋ ਉਹਨਾਂ ਨੂੰ ਪਿਆਰ ਦੀਆਂ ਬਾਤਾਂ ਪਾਓ ਇਸੇ ਤਰ੍ਹਾਂ ਖੂਬਸੂਰਤੀ ਜਿਹੜੀਆਂ 17 ਹੁੰਦੀਆਂ ਨੇ ਆਪਣੇ ਆਪ ਦੇ ਮਨ ਦੇ ਅਹਿਸਾਸ ਹੁੰਦੇ ਨੇ ਉਹਨਾਂ ਦੇ ਨਾਲ ਸ਼ੇਅਰ ਕਰਦੇ ਰਹੋ ਜ਼ਿੰਦਗੀ ਬਹੁਤ ਸੋਹਣੀ ਹੋਵੇ ਸਫ਼ਰ ਬਹੁਤ-ਬਹੁਤ ਖੂਬਸੂਰਤ ਹੋਵੇ ਬਹੁਤ-ਬਹੁਤ ਮੁਬਾਰਕਾ ਹੋਣ ਵਿਆਹ ਦੀ ਵਰੇ ਗਾਂਟੀਆਂ اونیت کور نو اپریل نو جنم دن منا اپنا بہت بہت مبارکہ ہون ماما سجان سنگھ مامی پروین کور دے ٹھیک ساریاں مبارکہ چھوٹی پین رباب کور دے لو, خاص مبارکہ بھیجیا نے اونیت نو بہت بہت مبارکہ ہون پر ماتما بہت بہت خوشیاں دے وے لمبیاں عمرہ دے وے ਉਦਾਂ ਵੀ 9 ਅਪ੍ਰੈਲ ਵਾਲੇ ਜਿਹੜੇ ਬੱਚੇ ਹੁੰਦੇ ਨੇ ਬਹੁਤ ਖੂਬਸੂਰਤ ਹੁੰਦੇ ਨੇ ਨਾ ਸੋ ਬਹੁਤ-ਬਹੁਤ ਮੁਬਾਰਕਾ ਹੁਣ ਅਵਨੀਮ ਨੂੰ ਅਵਨੀਤ ਨੂੰ ਸੋ ਖੁਸ਼ੀਆਂ ਖੇੜੀਆਂ ਦੇ ਨਾਲ ਜਿੱਥੇ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧੇ ਇਹ ਬਚਪਨ ਬਹੁਤ ਸੋਹਣਾ ਹੋਵੇ ਖੂਬਸੂਰਤ ਹੋਵੇ ਨਾਨਕੇ ਦਾਦਕਿਆਂ ਨਾਲ ਪਿਆਰ ਬਹੁਤ-ਬਹੁਤ ਹੋਵੇ ਬਹੁਤ-ਬਹੁਤ ਮੁਬਾਰਕਾ ਹੁਣ ਢੀਡੀ ਪੰਜਾਬੀ ਫਲੋ ਜੈਸਮੀਨ ਪੱਟੀ ਨੂੰ ਜਨਮ ਦਿਨ ਦੀਆਂ ਮੁਬਾਰਕਾਂ 9 ਅਪ੍ਰੈਲ ਦੀਆਂ ਉਹਨਾਂ ਦਾ ਜਨਮ ਦਿਨ ਹੈ ਜੈਸਮੀਨ ਦਾ ਮੰਮੀ ਡੈਡੀ ਸੁਖਵਿੰਦਰ ਸੰਜੀਪ ਚਾਚਾ ਚਾਚੀ ਮਨੋਜ ਰਾਜਵਿੰਦਰ ਪੂਆ ਫੁਫੜੀ ਬਬੀਤਾ ਕੁਲਦੀ Una di pei insimbrani ha ritica. ਤੇ ਭੈਣ ਤੇ ਜੀਜਾ ਜੀ ਮਾਮਾ ਮਾਮੀ ਜੀ ਨਾਨਾ ਜੀ ਨਾਨੀ ਵੱਲੋਂ ਪ੍ਰਮੰਜੀਤ ਸਾਹਿਲ ਤਨੀਸ਼ ਤੇ ਸੁਮਿਤ ਤੇ ਵੱਲੋਂ ਜੈਸਮੀ ਨੂੰ ਮੁਬਾਰਕਾਂ ਬਹੁਤ ਬਹੁਤ ਮੁਬਾਰਕਾਂ ਹੋਣ ਜੈਸਮੀ ਨੂੰ ਉਸੇ ਇਸੇ ਤਰ੍ਹਾਂ ਹੀ ਜ਼ਿੰਦਗੀ ਵਿੱਚ ਹਾਸੇ ਖੇੜੇ ਹੋਣ ਤੁਹਾਡੀ ਔਰ ਬਹੁਤ ਬਹੁਤ ਖੂਬਸੂਰਤੀ ਦੇ ਨਾਲ ਤੁਸੀਂ ਆਪਣਾ ਜਨਮ ਦਿਨ ਮਨਾਓ ਔਰ ਖੁਸ਼ੀਆਂ ਖੇੜਿਆਂ ਦੇ ਨਾਲ ਅੱਗੇ ਵਧੋ ਪ੍ਰਮਾਤਮਾ ਤੁਹਾਨੂੰ ਆਪਣੇ ਕੰਮਾਂ ਦੇ ਵਿੱਚ ਜ਼ਰੂਰ ਸਫਲਤਾ ਦੇਵੇਗਾ ਜਦੋਂ ਅਸੀਂ ਮਿਹਨਤ ਤੇ ਲਗਨ ਦੇ ਨਾਲ ਅੱਗੇ ਵਧਾਂਗੇ ਸੋ ਪ੍ਰਮਾਤਮਾ ਤੁਹਾਡੀਆਂ ਸਾਰੀਆਂ ਅਰਦਾਸਾਂ ਨੂੰ ਕਬੂਲ ਕਰੇ ਪ੍ਰਥਮ ਸਿੰਘ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਨੋ ਅਪ੍ਰੈਲ ਦੀਆਂ ਮੰਮੀ ਸੰਦੀਪ ਕੌਰ ਤੇ ਪਾਪਾ ਜੀ ਦਵਿੰਦਰਜੀਤ ਸਿੰਘ ਤੇ ਉਹਨਾਂ ਦੀ ਪੈਣ ਹਰਸ਼ਦੀਪ ਕੌਰ ਸਿਮਰਨ ਅਮਨ ਕਿਰਨ ਸਿਮੂ ਉਹਨਾਂ ਦੇ ਭਰਾ ਅੰਮ੍ਰਿਤ ਹਨੀ ਸੇਵਕ ਸਾਹਿਲ ਨਾਨਾ ਜੀ ਨਾਨੀ ਜੀ ਮੁਬਾਰਕਾ ਦੇ ਰਹੇ ਨੇ ਮਾਮਾ ਜੀ ਮਾਸੀ ਜੀ ਤਾਇਆ ਜੀ ਤਾਈ ਜੀ ਪੂਆ ਜੀ ਫੁੱਫੜ ਜੀ ਵੱਲੋਂ ਮੁਬਾਰਕਾ ਆਈਆਂ ਨੇ ਸੋ ਬਹੁਤ-ਬਹੁਤ ਮੁਬਾਰਕਾ ਹੋਣ ਪ੍ਰਥਮ ਤੁਹਾਨੂੰ ਔਰ ਚੰਗੇ-ਚੰਗੇ ਕੰਮ ਕਰਨੇ ਨੇ ਅੱਗੇ ਵਧਣਾ ਹੈ ਜ਼ਿੰਦਗੀ ਦੇ ਵਿੱਚ ਔਰ ਜ਼ਿੰਦਗੀ ਨੂੰ ਬਹੁਤ ਖੂਬਸੂਰਤੀ ਤਰੀਕੇ ਨਾਲ ਬਣਾਉਣਾ ਹੈ ਚੰਗੇ ਸਾਡੇ ਆਲੇ-ਦੁਆਲੇ ਦੇ ਵਿੱਚ ਅਸੀਂ ਉਦੋਂ ਕਰ ਸਕਦੇ ਹਾਂ ਜਦੋਂ ਸਾਡੇ ਅੰਦਰ ਦੀ ਮਨ ਦੀ ਖੂਬਸੂਰਤੀ ਅਸੀਂ ਅੱਗੇ ਲੈ ਕੇ ਆਉਣੀ ਹੈ ਪ੍ਰਮਾਤਮਾ ਲੰਬੀਆਂ ਉਮਰਾਂ ਦੇਵੇ ਖੁਸ਼ੀਆਂ ਖੇੜੀਆਂ ਦੇ ਨਾਲ ਆਪਣਾ ਜਨਮ ਦਿਨ ਸੈਲੀਬ੍ਰੇਟ ਕਰੋ ਵਿਆਹ ਦੀ ਬਰੇਗਣ ਹੈ 9 April ਦੀ ਜਸਵੀਰ ਸਿੰਘ ਤੇ ਚਰਨਜੀਤ ਕੌਰ ਨੂੰ ਮੁਬਾਰਕਾਂ ਭੇਜੀਆਂ ਨੇ ਉਹਨਾਂ ਦੇ ਬੇਟੇ ਅਜੀਤ ਸਿੰਘ ਤੇ ਉਹਨਾਂ ਦੀ ਬੇਟੀ ਸ਼ਰਨਜੀਤ ਕੌਰ ਤੇ ਉਹਨਾਂ ਦੇ ਸਾਸੂ ਮਾ ਹਰਵਿੰਦਰ ਕੌਰ ਤੇ ਉਹਨਾਂ ਦੇ ਪਿਤਾ ਜੀ ਸੁਰਿੰਦਰ ਸਿੰਘ ਤੇ ਮੰਮੀ ਸੁਖਵੰਤ ਕੌਰ ਤੇ ਪਰਾ ਪ੍ਰਵਿੰਦਰ ਸਿੰਘ ਅਰਵਿੰਦਰ ਸਿੰਘ ਭਾਬੀ ਪਰਮਜੀਤ ਕਮਲਪ੍ਰੀਤ ਕੌਰ ਜੀਜਾ ਜੀ ਵੀਰ ਸਿੰਘ ਸੰਧੂ ਤੇ ਉਹਨਾਂ ਦੇ ਭੈਣ ਇੰਦਰਜੀਤ ਕੌਰ ਸੰਧੂ ਤੇ ਉਹਨਾਂ ਦਾ ਬੇਟਾ ਵਿਕੀ ਸਿੰਘ ਭਤੀਜਾ ਬਲਜਿੰਦਰ ਸਿੰਘ ਵੀਰਾਂਜ ਸਿੰਘ ਤੇ ਭਤੀਜੀ ਹਰਪ੍ਰੀਤ ਕੌਰ ਦੇ ਵੱਲੋਂ ਮੁਬਾਰਕਾਂ ਨੇ ਬਹੁਤ ਬਹੁਤ ਮੁਬਾਰਕਾਂ ਹੋਣ ਇਸੀ ਤਰ੍ਹਾਂ ਹੀ ਤੁਹਾਡੇ ਰਿਸ਼ਤੇ ਦੀ ਖੂਬਸੂਰਤੀ ਬਰਕਰਾਰ ਰੱਖੇ ਪ੍ਰਮਾਤਮਾ ਬਹੁਤ ਲੰਬੀਆਂ ਉਮਰਾਂ ਦੇ ਵਿੱਚ ਇਸ ਰਿਸ਼ਤੇ ਨੂੰ ਹੱਸਦੇ ਵਸਦੇ ਰਹੋ ਔਰ ਜ਼ਿੰਦਗੀ ਦੇ ਵਿੱਚ ਸੋਹਣੇ ਸੋਹਣੇ ਕੰਮ ਕਰਕੇ ਇੱਕ ਦੂਸਰੇ ਨੂੰ ਮਾਣ ਹੋਣ ਦਾ ਅਹਿਸਾਸ ਵੀ ਦਿੰਦੇ ਰਹੋ ਬਹੁਤ-ਬਹੁਤ ਮੁਬਾਰਕਾ ਹੋਣ ਔਰ ਇਹ ਦਿਨ ਤੁਹਾਡੇ ਲਈ ਬਹੁਤ-ਬਹੁਤ ਖੁਸ਼ੀਆਂ ਲੈ ਕੇ ਆਵੇ ਗੁਰਸ਼ਰਨਜੀਤ ਕੌਰ ਤੇ ਬਲਵਿੰਦਰ ਸਿੰਘ ਵੀ ਆਪਣੀ ਵਿਆਦੀ ਵਰੇਗੜ 9 April ਨੂੰ ਮਨਾਣਗੇ ਸੋ ਇਸ ਖੂਬਸੂਰਤ ਜੋੜੇ ਨੂੰ ਮੁਬਾਰਕਾਂ ਭੇਜੀਆਂ ਨੇ ਉਹਨਾਂ ਦੇ ਮੰਮੀ ਡੈਡੀ ਜਸਵੀਰ ਸਿੰਘ ਤੇ ਸਿਮਰਜੀਤ ਕੌਰ ਤੇ ਬੇਟੀ ਸੀਰਤ ਤੇ ਸਾਰੇ ਹੀ ਫੈਮਲੀ ਦੇ ਵੱਲੋਂ ਤੇ ਡੀਡੀ ਪੰਜਾਬੀ ਦੇ ਪਰਿਵਾਰ ਦੇ ਵੱਲੋਂ ਵੀ ਸ਼ੁਭ ਕਾਮਨਾਵਾਂ ਲੈ ਲਓ ਇਸ ਰਿਸ਼ਤੇ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਤੁਹਾਨੂੰ ਔਰ ਸੋਹਣੇ ਸੋਹਣੇ ਰੰਗਾਂ ਨਾਲ ਜ਼ਿੰਦਗੀ ਖੂਬਸੂਰਤ ਹੋਵੇ ਜ਼ਿੰਮੇਵਾਰੀਆਂ ਨਿਭਾਉਂਦੇ ਚੱਲੋ ਅੱਗੇ ਵਧਦੇ ਚੱਲੋ ਇੱਕ ਦੂਸਰੇ ਨਾਲ ਨੋਕ ਚੋਕ ਜਿੱਥੇ ਹੁੰਦੀ ਹੈ ਉੱਥੇ ਪਿਆਰ ਵੀ ਵਧ ਕੇ ਕਰ ਲਿਆ ਕਰੋ ਕਿਉਂਕਿ ਜ਼ਿੰਦਗੀ ਇੱਕ ਦ ਹੀ ਹੁੰਦੀ ਹੈ ਸੋ પતિ ਪਤਨੀ ਦਾ ਇਹ ਅਹਿਸਾਸ ਤੁਹਾਨੂੰ ਪਰਮਾਤਮਾ ਬਹੁਤ ਖੁਸ਼ੀਆਂ ਦੇਵੇ ਖੇੜੇ ਦੇਵੇ ਕੁਲਵੀਰ ਸਿੰਘ ਤੇ ਮਨਜੀਤ ਕੌਰ ਜੀ ਵੀ ਆਪਣੇ ਵਿਆਹ ਦੀ ਵਰੇਗੜ ਮਨਾ ਰਹੇ ਨੇ ਔਰ ਬਹੁਤ ਬਹੁਤ ਮੁਬਾਰਕਾ ਹੋਣ ਸ਼ੁਭਕਾਮਨਾਵਾਂ ਹੋਣ ਭਰਾ ਪਾਪੀ ਦਵਿੰਦਰ ਮਨਪ੍ਰੀਤ ਭੈਣ ਜੀਜਾ ਜੀ ਅਮਰਜੀਤ ਪਰਮਜੀਤ ਬੇਟਾ ਗੁਰਪਾਲ ਦੇਵਰ ਦੀ ਵਰਣੀ ਭੁਪਿੰਦਰ ਹਰਿੰਦਰ ਸਾਰਾ ਸੋਹਰਾ ਪਰਿਵਾਰ ਖੁਸ਼ੀ ਦੇ ਮੌਕੇ ਤੇ ਵਧਾਈਆਂ ਦੇ ਰਿਹਾ ਹੈ ਔਰ ਅਸੀਂ ਵੀ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਦੇ ਰਿਹਾ ਬਹੁਤ ਬਹੁਤ ਸੋਹਣਾ ਇੱਕ ਸਫਰ ਜਿਹੜਾ ਤੁਸੀਂ ਲੰਘਾ ਕੇ ਆਏ ਹੋ ਔਰ ਆਉਣ ਵਾਲਾ ਸਮਾਂ ਵੀ ਇਤੋ ਵੀ ਵੱਧ ਖੂਬਸੂਰਤ ਹੋਏਗਾ ਖੁਸ਼ੀਆਂ ਖੀੜਿਆਂ ਦੇ ਨਾਲ ਹਰ ਦਿਨ ਨੂੰ ਸੈਲੀਬ੍ਰੇਟ ਕਰਦੇ ਰਹੋ ਕਰੋ ਇੱਕ ਦੂਸਰੇ ਨਾਲ ਜਿੱਥੇ ਰੁੱਸਣਾ ਮਨਾਉਣਾ ਵੀ ਹੁੰਦਾ ਹੈ ਉੱਥੇ ਪਿਆਰ ਦੇ ਸ਼ਬਦ ਵੀ ਬੋਲ ਕੇ ਇੱਕ ਦੂਸਰੇ ਨੂੰ ਅਹਿਸਾਸ ਕਰਦੇ ਰਹੋ ਕਿ ਤੁਸੀਂ ਮੇਰੀ ਜ਼ਿੰਦਗੀ ਦੇ ਵਿੱਚ ਕਿੰਨੇ ਖਾਸ ਹੋ ਇਹ ਸਫ਼ਰ ਨਾਵਾ ਬਹੁਤ ਖੂਬਸੂਰਤ ਹੋਵੇ ਲੰਬੀਆਂ ਉਮਰਾਂ ਹੋਣ ਇਸ ਰਿਸ਼ਤੇ ਦੀਆਂ ਅਗਲੀ ਮੁਬਾਰਕਬਾਦ ਅਨਾਇਤ ਕਲੋਤਰਾ ਨੂੰ ਦੇ ਰਹੀ ਹਾਂ ਜਨਮ ਦਿਨ ਹੈ ਉਸ ਦਾ ਔਰ ਬਹੁਤ-ਬਹੁਤ ਮੁਬਾਰਕਾ ਹੋਣ ਅਨਾਇਤ ਨੂੰ ਬਹੁਤ ਪਿਆਰੀ ਲੱਗ ਰਹੀ ਹੈ ਮਾਤਾ ਪਿਤਾ ਜੀ ਤੇ ਸਾਰੇ ਪਰਿਵਾਰ ਦੇ ਵੱਲੋਂ ਤੇ ਜਿਹੜੀ ਪੰਜਾਬੀ ਵੱਲੋਂ ਦੀ ਬਹੁਤ-ਬਹੁਤ ਮੁਬਾਰਕਾ ਹੋਣ ਅਨਾਇਤ ਨੂੰ ਪਰਮਾਤਮਾ ਬਹੁਤ-ਬਹੁਤ ਅਸੀਸਾਂ ਦੇਵੇ ਬਹੁਤ ਸੋਹਣੇ ਵਿਚਾਰ ਹੋਣ ਆਉਣ ਵਾਲਾ ਸਮਾਂ ਬਹੁਤ ਖੂਬਸੂਰਤ ਹੋਵੇ ਪੜ੍ਹ ਲਿਖ ਕੇ ਖੂਬ ਤਰੱਕੀਆਂ ਕਰੇ ਔਰ ਮਾਪੇ ਦਾ ਨਾਮ ਰੌਸ਼ਨ ਕਰੇ ਨਿਰਮਲ ਸਿੰਘ ਨੂੰ ਜਨਮ ਦਿਨ ਦੀਆਂ ਮੁਬਾਰਕਾਂ 4 10 ਅਪ੍ਰੈਲ ਜਿਹੜਾ ਹੈ ਉਹਨਾਂ ਦਾ ਜਨਮ ਦਿਨ ਹੈ ਔਰ ਮਾਤਾ ਪਿਤਾ ਊਂਕਾਰ ਸਿੰਘ ਤੇ ਪਿਆਰ ਕੌਰ ਤੇ ਭੈਣ ਹਰਪ੍ਰੀਤ ਕੌਰ ਕਰਮਜੀਤ ਕੌਰ ਜੀਜਾ ਜੀ ਸਿਮਰਜੀਤ ਸਿੰਘ ਜਸਦੀਪ ਸਿੰਘ ਪਣੀਵਾ ਗੁਰੂ ਫਤਿਹ ਸਿੰਘ ਦੇ ਵੱਲੋਂ ਨਿਰਮਲ ਸਿੰਘ ਜੀ ਨੂੰ ਆਈਆਂ ਨੇ ਮੁਬਾਰਕਾਂ ਪ੍ਰਮਾਤਮਾ ਤੁਹਾਡੀ ਸਰਦਾਰੀ ਨੂੰ ਇਸੇ ਤਰ੍ਹਾਂ ਹੀ ਕਾਇਮ ਰੱਖੇ ਖੂਬ ਤਰੱਕੀਆਂ ਕਰੋ ਚੰਗੀਆਂ ਮਿਹਨਤਾਂ ਕਰਕੇ ਚੰਗੀਆਂ ਸਫਲਤਾਵਾਂ ਹਾਸਲ ਕਰਕੇ ਚੰਗੀ ਜ਼ਿੰਦਗੀ ਦਾ ਇੱਕ ਜਿਹੜਾ ਉਪਰਾਲਾ ਤੁਸੀਂ ਚੁੱਕਿਆ ਹੋਇਆ ਹੈ ਉਹ ਪ੍ਰਮਾਤਮਾ ਤੁਹਾਨੂੰ ਇਸ ਜਨਮ ਦਿਨ ਉੱਤੇ ਦੇ ਦੇਵੇ ਬਹੁਤ ਬਹੁਤ ਖੁਸ਼ੀਆਂ ਮਿਲਣ ਅਗਲੀ ਮੁਬਾਰਕਬਾਦ ਅਨੇਕ ਕੁਮਾਰ ਤੇ ਸੁਦਾ ਸ਼ਰਮਾ ਦੀ ਵਿਆਹੀ ਵਰੇਗੰਢ ਦੀ ਹੈ ਔਰ ਇਹ 10 ਅਪ੍ਰੈਲ ਨੂੰ ਆਪਣੀ ਵਿਆਹੀ ਵਰੇਗੰਢ ਮਨਾਣਗੇ ਮੁਬਾਰਕਾਂ ਭੇਜੀਆਂ ਨੇ ਉਹਨਾਂ ਦੀਆਂ ਬੇਟੀਆਂ ਤਨੂ ਤੇ ਲਤਾ ਜਵਾਈ ਵਿਕਰਮ ਤੇ ਉਹਨਾਂ ਦੇ ਦੋਤੇ ਕ੍ਰਿਸ਼ਨਾ ਤੇ ਅਰਜੁਨ ਸਾਰੇ ਰਿਸ਼ਤੇਦਾਰਾਂ ਦੇ ਤਰਫ ਤੋਂ ਆਈਆਂ ਨੇ ਮੁਬਾਰਕਾਂ ਸੋ ਬਹੁਤ-ਬਹੁਤ ਮੁਬਾਰਕਾ ਹੋਣ ਤੁਹਾਨੂੰ ਪਰਮਾਤਮਾ ਬਹੁਤ ਖੁਸ਼ੀਆਂ ਖੇੜੇ ਦੇਵੇ ਔਰ ਇੱਕ ਦੂਸਰੇ ਦੇ ਨਾਲ ਜ਼ਿੰਦਗੀ ਦੇ ਵਿੱਚ ਜਿੱਥੇ ਆਪਣੇ ਤੁਸੀਂ ਕਮਾਂਕਾਰਾਂ ਦੇ ਵਿੱਚ ਜਾਂ ਜ਼ਿੰਮੇਵਾਰੀਆਂ ਨੂੰ ਪੂਰਾ ਕਰ ਰਹੇ ਹੋ ਉਸੇ ਤਰ੍ਹਾਂ ਹੀ ਘਰ ਪਰਿਵਾਰ ਦਾ ਖਾਸ ਖਿਆਲ ਜਿੱਥੇ ਇੱਕ ਸੁਹਾਣੀ ਰੱਖਦੀ ਹੈ ਉਸੇ ਤਰ੍ਹਾਂ ਹੀ ਬਾਅਰ ਇੱਕ ਮਰਦ ਜਿਹੜਾ ਹੈ ਉਹ ਆਪਣਾ ਸਾਰੇ ਕੰਮਾਂ ਨੂੰ ਨਿਬੇੜ ਕੇ ਆਪਣੇ ਘਰਾਂ ਪਰਿਵਾਰਾਂ ਦੇ ਵਿੱਚ ਸੁਖ-ਸਾਂਦ ਦੇ ਨਾਲ ਸਾਹ ਲੈਂਦਾ ਹੈ ਸੋ ਇਹੋ ਜਿਹਾ ਅਹਿਸਾਸ ਤੁਹਾਨੂੰ ਖੁਸ਼ ਖੂਬਸੂਰਤ ਜਿਹੜੇ ਪਾਲ ਨੇ ਖੂਬਸੂਰਤ ਅਸੀਸਾਂ ਨੇ ਪ੍ਰਮਾਤਮਾ ਤੁਹਾਨੂੰ ਦਿੰਦਾ ਰਹੇ ਅਗਲੀ ਮੁਬਾਰਕ ਬਾਜੁਗਿੰਦਰ ਸਿੰਘ ਮਲਤਾਨੀ ਤੇ ਕਮਲਜੀਤ ਕੌਰ ਜੀ ਨੂੰ ਦਿੰਦੇ ਹਾਂ ਮੁਬਾਰਕਾਂ ਭੇਜੀਆਂ ਨੇ ਉਹਨਾਂ ਦੇ ਬੇਟੇ ਤੇ ਨੋਹ ਸੁਖਜੀਤ ਸਿੰਘ ਤੇ ਸੰਦੀਪ ਕੌਰ ਇੰਦਰਜੀਤ ਸਿੰਘ ਤੇ ਮਨਪ੍ਰੀਤ ਕੌਰ ਬੇਟੀ ਤੇ ਦਮਾਦ ਜੀ ਸੁਖਵਿੰਦਰ ਕੌਰ ਤੇ ਸਰਮੇਲ ਸਿੰਘ ਪੋਤਰੀ ਅਰਵੀਨ ਕੌਰ ਦੋਤੇ ਦੋਤੀਆਂ ਐਰੀ ਤੇ ਐਵੀ ਦੇ ਵੱਲੋਂ ਮੁਬਾਰਕਾਂ ਨੇ 10 ਅਪ੍ਰੈਲ ਖਾਸ ਦਿਨ ਦੋਵਾਂ ਦੇ ਲਈ ਦੋ ਪਰਿਵਾਰਾਂ ਦੇ ਲਈ ਜਦੋਂ ਵਿਆਹ ਹੋਇਆ ਸੀ ਇਹਨਾਂ ਦਾ ਹੋਰ ਇਹ ਅੱਜ ਮਤਲਬ ਵਿਆਹ ਦੀ ਵਰੇ ਗਾਡੀਆਂ ਮੁਬਾਰਕਾ ਜਿੱਤੇ ਪਰਿਵਾਰ ਦੇ ਜੀਆ ਨੇ ਭੇਜੀਆਂ ਨੇ ਉੱਥੇ ਸਾਰੇ ਦੇ ਸਾਰੇ ਦੂਰਦਰਸ਼ਨ ਦੇ ਵੱਲੋਂ ਵੀ ਬਹੁਤ-ਬਹੁਤ ਮੁਬਾਰਕਾਂ ਨੇ ਤੁਹਾਨੂੰ ਇਸ ਰਿਸ਼ਤੇ ਦੀਆਂ ਪਰਮਾਤਮਾ ਇਸ ਰਿਸ਼ਤੇ ਨੂੰ ਲੰਬੀਆਂ ਉਮਰਾਂ ਦੇਵੇ ਔਰ ਬਹੁਤ-ਬਹੁਤ ਕਾਮਯਾਬੀਆਂ ਦੇਵੇ ਇਸ ਰਿਸ਼ਤੇ ਜਿਹੜਾ ਇੱਕ ਦੂਸਰੇ ਦਾ ਸਾਥ ਦੇ ਰਹੇ ਹੋ ਆਪਣੇ ਕੰਮਾਂ ਨੂੰ ਜ਼ਿੰਮੇਵਾਰੀਆਂ ਨੂੰ ਪੂਰਾ ਕਰ ਰਹੇ ਹੋ ਉੱਥੇ ਛੋਟੇ ਬੱਚੇ ਘਰ ਦੇ ਵਿੱਚ ਜਿਹੜੇ ਤੁਹਾਨੂੰ ਨਾਨਾ ਨਾਨੀ ਕਹਿੰਦੇ ਨੇ ਦਾਦਾ ਦਾਦੀ ਕਹਿੰਦੇ ਨੇ ਉਹਨਾਂ ਦਾ ਪਿਆਰ ਵੀ ਤੁਸੀਂ ਲੈਂਦੇ ਹੋ ਹਰਮਤਾਂ ਤੰਦਰੁਸਤੀਆਂ ਦੇਵੇ ਜ਼ਿੰਦਗੀ ਸੁਖਾਵੀ ਬਣਾਵੇ ਔਰ ਸੋਹਣੀ ਬਣਾਵੇ ਅਗਲੀ ਮੁਬਾਰਕਬਾਦ ਵਿਆਦੀ ਬਰੇ ਗੰਡੀਆਂ 10 ਅਪ੍ਰੈਲ ਦਵਿੰਦਰ ਪਾਲ ਤੇ ਸੁਰਿੰਦਰ ਕੌਰ ਜੀ ਨੂੰ ਸੋ ਮੁਬਾਰਕਾਂ ਭੇਜੀਆਂ ਨੇ ਉਹਨਾਂ ਦੀ ਬੇਟੀ ਅਨੁਰੀਤ ਕੌਰ ਤੇ ਬੇਟੇ ਜਸਦੀਪ ਸਿੰਘ ਪੇਟੀ ਰਵ੍ਰੀਤ ਤੇ ਰਵਨੀਤ ਤੇ ਜਵਾਈ ਰਾਜਾ ਗੁਰਦੀਪ ਸਿੰਘ ਤੇ ਮੰਮੀ ਜੀ ਤੇ ਪਾਪਾ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਲਿਖ ਕੇ ਉਹਨਾਂ ਨੇ ਭੇਜੀਆਂ ਹੋਈਆਂ ਨੇ ਪੇਕੇ ਪਰਿਵਾਰ ਦੇ ਸਹੁਰੇ ਪਰਿਵਾਰ ਦੇ ਜੀ ਜੇ ਪ੍ਰਾਪਤੀ ਜੇ ਪਤੀ ਜੀਆਂ ਹਨਾ ਨਣਾ ਨਨਦੋਈਏ ਸਾਰੇ ਛੋਟੇ ਬੱਚੇ ਜਿਨ੍ਹਾਂ ਵਿੱਚ ਸੋਹਮ ਹਰਮਨ ਅ ਅਵਨੀ ਤਕਦੀਰ ਵਿਵਾਨ ਹਰਨਾਜ਼ ਅਦਿੱਤਿਆ ਗੁਰਨਿਵਾਜ਼ ਦੇ ਵੱਲੋਂ ਮੁਬਾਰਕਾਂ ਨੇ ਸੋ ਬਹੁਤ ਬਹੁਤ ਮੁਬਾਰਕਾਂ ਹੋਣ ਬਹੁਤ ਸੋਹਣੀ ਖੂਬਸੂਰਤ ਤਸਵੀਰ ਹੈ ਔਰ ਇਹ ਕਹਿੰਦੇ ਨੇ ਕਦੇ ਕਦੇ ਇਦਾਂ ਦੀਆਂ ਤਸਵੀਰਾਂ ਵੀ ਲੈ ਲੈਣੀਆਂ ਚਾਹੀਦੀਆਂ ਨੇ ਫਿਰ ਬਾਅਦ ਚੋਂ ਪਤਾ ਲੱਗਦਾ ਹੈ ਕਿ ਜ਼ਿੰਦਗੀ ਦੇ ਵਿੱਚ ਕੁਝ ਪਲ ਇਦਾਂ ਦੇ ਵੀ ਸੀ ਜਿੱਦਾਂ ਕੁਝ ਕਹਿ ਦਿੱਤਾ ਹੈ ਤੇ ਦਵਿੰਦਰਪਾਲ ਜੀ ਨੇ ਉਹਨਾਂ ਵੱਲ ਦੇਖਿਆ ਤੇ ਤਸਵੀਰ ਫਟਾਫਟ ਹੋ ਗਈ ਬਹੁਤ ਖੂਬਸੂਰਤ ਤਸਵੀਰ ਔਰ ਯਾਦਾ ਪਰਪੂਰ ਜ਼ਿੰਦਗੀ ਤੁਹਾਨੂੰ ਮਿਲੇ ਸੋਹਣੀਆਂ ਯਾਦਾ ਤੁਹਾਡੇ ਕੋਲ ਹੋਣ ਔਰ ਬਹੁਤ ਖੂਬਸੂਰਤੀ ਦੇ ਨਾਲ ਤੁਸੀਂ ਦੋਵੇਂ ਜਾਣੇ ਇੱਕ ਦੂਸਰੇ ਦੇ ਨਾਲ ਤੇ ਸਾਥ ਦੀ ਜ਼ਿੰਮੇਵਾਰੀਆਂ ਨਿਭਾਉਂਦੇ ਰਹੋ ਪ੍ਰਮਾਤਮਾ ਤੁਹਾਨੂੰ ਟੀਹ ਸਾਰੀਆਂ ਖੁਸ਼ੀਆਂ ਦੇ ਨਾਲ ਨਿਵਾਜੇ ਸਾਹਿਬ ਜੋਤ ਸਿੰਘ ਨੂੰ ਜਨਮ ਦਿਨ ਦੀਆਂ ਮੁਬਾਰਕਾਂ 11 ਅਪ੍ਰੈਲ ਤੇ ਉਹਨਾਂ ਦੇ ਮੰਮੀ ਡੈਡੀ ਕਰਮਜੀਤ ਕੌਰ ਗੁਰਪ੍ਰੀਤ ਸਿੰਘ ਤੇ ਉਹਨਾਂ ਦੇ ਦਾਦਕਾ ਨਾਨਕਾ ਪਰਿਵਾਰ ਮਾਮਾ ਮਾਮੀ ਮਾਸੀ ਮਾਸਰ ਜੀ ਸਾਰੇ ਜਾਣੇ ਨਾਨੀ ਨਾਨਾ ਵੱਡੇ ਸਾਰੇ ਜਿਹੜੇ ਪਰਿਵਾਰ ਦੇ ਜੀ ਨੇ ਉਹ ਅਸੀਸਾ ਦੇ ਰਹੇ ਨੇ ਰੌਣ ਉਹਨਾਂ ਦੇ ਭੈਣ ਮਨਜੋਤ ਕੌਰ ਇਸਰਾਤ ਕੌਰ ਤੇ ਤੇਜਸ ਸਿੰਘ ਦੇ ਵੱਲੋਂ ਮੁਬਾਰਕਾਂ ਆਈਆਂ ਨੇ ਸੋ ਬਹੁਤ ਬਹੁਤ ਮੁਬਾਰਕਾਂ ਹੋਣ ਸਾਹਿਬ ਜੋਤ ਨੂੰ ਪ੍ਰਮਾਤਮਾ ਬਹੁਤ ਖੁਸ਼ੀਆਂ ਦੇਵੇ ਲੰਬੀਆਂ ਉਮਰਾਂ ਦੇਵੇ ਪੜ੍ਹ ਲਿਖ ਕੇ ਚੰਗੇ ਕੰਮ ਕਰਕੇ ਜ਼ਿੰਦਗੀ ਦੇ ਵਿੱਚ ਅੱਗੇ ਵਧੇ ਔਰ ਇਹ ਪਰਿਵਾਰ ਹੀ ਨਹੀਂ ਸਾਰਾ ਜਿਹੜਾ ਸਮਾਜ ਹੈ ਤੁਹਾਡੇ ਉੱਤੇ ਮਾਣ ਕਰੇ ਇਹੋ ਜਿਹੇ ਸੋਹਣੇ ਕੰਮ ਤੁਸੀਂ ਕਰਿਓ ਵੱਡੇ ਹੋ ਕੇ ਕ੍ਰਿਤਿਕਾ ਗਰਗ ਨੂੰ ਜਨਮ ਦਿਨ ਦੀਆਂ ਮੁਬਾਰਕਾਂ 11 ਅਪ੍ਰੈਲ ਔਰ ਦਾਦੀ ਮਾ ਕਮਲੇਸ਼ ਰਾਣੀ ਮੰਮੀ ਨੀਤਾ ਗਰਗ ਪਾਪਾ ਵਿਰਿੰਦਰ ਕੁਮਾਰ ਗਰਗ ਭੈਣ ਤਨਵੀ ਗਰਗ ਤੇ ਚਾਚਾ ਆਂਸ਼ਲ ਗਰਗ ਤੇ ਚਾਚੀ ਗਰੀਮਾ ਗਰਗਦੇ ਵੱਲੋਂ ਮੁਬਾਰਕਾਨੇ Kritika ਨੂੰ ਬਹੁਤ ਬਹੁਤ ਮੁਬਾਰਕਾ ਪਰਮਾਤਮਾ ਬਹੁਤ ਬਹੁਤ ਸੋਹਣੇ ਅਹਿਸਾਸ ਦੇਵੇ ਜ਼ਿੰਦਗੀ ਦੀ ਵਿੱਚ ਬਹੁਤ ਖੁਸ਼ੀਆਂ ਮਾਣੇ ਔਰ ਅੱਗੇ ਵਧੇ ਖਾਸ ਦਿਨਾਂ ਉਤੇ ਖਾਸ-ਖਾਸ ਕੰਮ ਕਰਕੇ ਜ਼ਿੰਦਗੀ ਨੂੰ ਖੂਬਸੂਰਤ ਬਣਾਵੇ ਅਮਨ ਨੂੰ ਬਹੁਤ-ਬਹੁਤ ਮੁਬਾਰਕਾ ਹੋਣ ਜਨਮ ਦਿਨ ਹੈ ਅਮਨ ਦਾ 11 ਅਪ੍ਰੈਲ ਦਾ ਪਿਤਾ ਉੱਤਮ ਸਿੰਘ ਸੰਦੇਸ਼ ਕੁਮਾਰੀ ਭੈਣ ਤੇ ਜੀਜਾ ਜੀ ਤੇ ਉਹਨਾਂ ਦੇ ਭੈਣ ਭਰਾਵਾਂ ਦੇ ਵੱਲੋਂ ਮੁਬਾਰਕਾਂ ਆਈਆਂ ਨੇ ਹਰਮਨ ਹਰਸ਼ ਸੈਜਦੀਪ ਇਹਨਾਂ ਦੀਆਂ ਭਤੀਜੀਆਂ ਮੁਬਾਰਕਾ ਭੇਜ ਰਹੀਆਂ ਨੇ ਬਹੁਤ-ਬਹੁਤ ਮੁਬਾਰਕਾ ਹੋਣ ਅਮਨ ਤੁਹਾਨੂੰ ਪਰਮਾਤਮਾ ਜਿੱਥੇ ਲੰਬੀਆਂ ਉਮਰਾਂ ਦੇਵੇ ਉੱਥੇ ਚੰਗੇ-ਚੰਗੇ ਕੰਮ ਕਰਕੇ ਤੁਸੀਂ ਅੱਗੇ ਵਧੋ ਪਰਮਾਤਮਾ ਬਹੁਤ-ਬਹੁਤ ਕਾਮਯਾਬੀਆਂ ਦੇਵੇ ਔਰ ਹੱਸਦੇ-ਵੱਸਦੇ ਰਹੋ ਹਰਗੁਣ ਵੀਰ ਸਿੰਘ ਨੂੰ ਜਨਮ ਦਿਨ ਦੀਆਂ ਮੁਬਾਰਕਾਂ 12 April ਦੀਆਂ ਮਾਤਾ ਪਿਤਾ ਜੀ ਰਾਜਵੀਰ ਸਿੰਘ ਤੇ ਕੁਲਵੀਰ ਕੌਰ ਨਾਨਾ ਨਾਨੀ ਜੀ ਪਰਮਿੰਦਰ ਕੌਰ ਤੇ ਸਤਪਾਲ ਸਿੰਘ ਮਾਮਾ मामੀ ਜੀ ਭੂਆ ਫੁੱਫੜ ਦੇ ਵੱਲੋਂ ਭੈਣ ਤੇ ਭਰਾ ਜਿਸਕਰਨ ਨੂੰ ਅੰਮ੍ਰਿਤ ਰਾਬ ਦੇ ਵੱਲੋਂ ਮੁਬਾਰਕਾਂ ਆਈਆਂ ਨੇ ਹਰਗੁਣ ਨੂੰ ਬਹੁਤ ਬਹੁਤ ਮੁਬਾਰਕਾਂ ਪ੍ਰਮਾਤਮਾ ਜੀ ਜਿसरी ਤਰ੍ਹਾਂ ਹੀ ਤੁਹਾਨੂੰ ਅਸੀਸਾਂ ਦਿੰਦਾ ਰਹੇ ਔਰ ਇਹ ਛੋਟੇ ਪੁਜੰਗੀ ਨੂੰ ਵੱਡਾ ਹੋ ਕੇ ਬਹੁਤ ਕਾਮਯਾਬੀਆਂ ਹਾਸਲ ਕਰੇ ਖੁਸ਼ੀਆਂ ਖੇੜਿਆਂ ਦੇ ਨਾਲ ਜਿਹੜੇ ਜ਼ਿੰਦਗੀ ਦੇ ਵਿੱਚ ਅੱਗੇ ਵਧੇ ਅਰਸ਼ਦੀਪ ਕੌਰ ਨੂੰ ਜਨਮ ਦਿਨ ਦੀਆਂ ਮੁਬਾਰਕਾਂ 12 April ਨਾਨਕਾ ਪਰਿਵਾਰ ਨਾਨਾ ਜੀ ਇਤਕਾਰ ਮਾਮਾ ਮਮੀ ਦੇ ਵੱਲੋਂ ਮੁਬਾਰਕਾਨੇ ਉਹਨਾਂ ਦੀ ਭੈਣ ਭਰਾ ਗगनਕਰਨ ਰੋਹਨ ਤੇ ਪ੍ਰਭ ਪਾਲਕ ਅਨਮੋਲ ਤੇ ਮੰਮੀ ਪਾਪਾ ਵੱਲੋਂ ਬਹੁਤ ਬਹੁਤ ਅਸੀਸਾਂ ਆਈਆਂ ਨੇ ਅਸ਼ਦੀ ਨੂੰ ਬਹੁਤ-ਬਹੁਤ ਮੁਬਾਰਕਾ ਖੂਬ ਕਾਮਯਾਬੀਆਂ ਹਾਸਲ ਕਰੋ ਇਹ ਹੋ ਜਾਏ ਕੰਮ ਕਰੋ ਜਿੱਥੇ ਤੁਹਾਡਾ ਪਰਿਵਾਰ ਤੁਹਾਡੇ ਤੇ ਮਾਣ ਕਰੇ ਔਰ ਹੱਸਦੇ-ਵੱਸਦੇ ਰਹੋ ਜਸਪ੍ਰਿਤ ਸਿੰਘ ਵੀ ਆਪਣਾ ਜਨਮ ਦਿਨ ਮਨਾ ਰਹੇ ਨੇ 12 ਅਪ੍ਰੈਲ ਦਾ ਉਹਨਾਂ ਦੇ ਤਰਫ ਪਤਨੀ ਗੁਰਪ੍ਰੀਤ ਸਿੰਘ ਤੇ ਦਾਦਾ ਜੀ ਸਾਧੂ ਸਿੰਘ ਤੇ ਉਹਨਾਂ ਦੇ ਪਿਤਾ ਜੀ ਅਵਤਾਰ ਸਿੰਘ ਤੇ ਮੰਮੀ ਗੁਰਿੰਦਰ ਕੌਰ ਭਰਾ ਦਿਲਪ੍ਰਿਤ ਤੇ ਸਹੁਰੇ ਪਰਿਵਾਰ ਦੇ ਵਿੱਚੋਂ ਸਾਰਿਆਂ ਵੱਲੋਂ ਮੁਬਾਰਕਾ ਦੇ ਰਹੇ ਨੇ ਉਹਨਾਂ ਦੇ ਹਰਪ੍ਰਿਤ ਸਿੰਘ ਉਧਰੋਂ ਸਹੁਰੇ ਪਰਿਵਾਰ ਦੇ ਵੱਲੋਂ ਰੁਪਿੰਦਰ ਕੌਰ ਤੇ ਹਰਜੀਤ ਸਿੰਘ ਮੁਬਾਰਕਾ ਭੇਜ ਰਹੇ ਨੇ ਜਸਪ੍ਰਿਤ ਸਿੰਘ ਜੀ ਬਹੁਤ-ਬਹੁਤ ਮੁਬਾਰਕਾ ਹੋਣ ਇਸੇ ਤਰ੍ਹਾਂ ਕੋਬ ਤਰਕੀਆਂ ਕਰੋ ਜ਼ਿੰਦਗੀ ਦੇ ਵਿੱਚ ਤੰਦਰੁਸਤੀ ਵਾਲਾ ਜੀਵਨ ਹੋਵੇ ਤੁਹਾਡਾ ਅਸੀਂ ਤਾਂ ਇਹੀ ਅਰਦਾਸ ਕਰ ਸਕਦੇ ਹਾਂ ਔਰ ਇਹ ਜਨਮ ਦਿਨ ਤੁਹਾਡੇ ਲਈ ਢੇਰ ਸਾਰੀਆਂ ਖੁਸ਼ੀਆਂ ਲੈ ਕੇ ਆਵੇ ਔਰ ਜਿੱਥੇ ਪਰਿਵਾਰ ਦੇ ਸਾਰੇ ਜੀਵਾਂ ਨਾਲ ਤੁਸੀਂ ਰਲ ਮਿਲ ਕੇ ਜਨਮ ਦਿਨ ਬਣਾਓ ਉਸੇ ਤਰ੍ਹਾਂ ਹੀ ਤੁਹਾਡੇ ਪਰਿਵਾਰ ਦੇ ਸਾਰੇ ਜੀ ਤੁਹਾਨੂੰ ਬਹੁਤ ਸਾਰਾ ਪਿਆਰ ਕਰਨ ਤੇ ਅਸੀਸਾਂ ਦੇਣ ਜਸਵਿੰਦਰ ਕੌਰ ਜੀ ਨੂੰ ਜਨਮ ਦਿਨ ਦੀਆਂ ਮੁਬਾਰਕਾਂ 12 ਅਪ੍ਰੈਲ ਦੀਆਂ ਉਨ੍ਹਾਂ ਦੇ ਪਤੀ ਹਰਬੰਸ ਸਿੰਘ ਤੇ ਪੁੱਤਰ ਤੇ ਨੌ ਅਮਨਦੀਪ ਸਿੰਘ ਤੇ ਦਲੇਰ ਕੌਰ ਪੋਤਾ ਹਰਦੇਲ ਅਜੀਜ਼ ਸਿੰਘ ਪੁੱਤਰੀ ਤੇ ਜਵਾਈ ਤਰਨਜੀਤ ਕੌਰ ਤੇ ਮਨਪ੍ਰੀਤ ਸਿੰਘ ਤੇ ਪੁੱਤਰ ਬਲਜੀਤ ਸਿੰਘ ਦੇ ਵੱਲੋਂ ਮੁਬਾਰਕਾਂ ਨੇ ਬਸ ਇਸੇ ਤਰ੍ਹਾਂ ਹੀ ਜ਼ਿੰਦਗੀ ਦੇ ਵਿੱਚ ਸੋਹਣੇ ਸੋਹਣੇ ਰੰਗਾਂ ਦੇ ਨਾਲ ਤੁਹਾਡੀ ਜ਼ਿੰਦਗੀ ਖੂਬਸੂਰਤ ਬਣੇ ਔਰ ਇਹ ਪਰਮਾਤਮਾ ਤੁਹਾਨੂੰ ਇਹ ਜੇ ਸਬੱਬ ਦੇਵੇ ਤੁਹਾਡੇ ਕਾਰਜਾਂ ਨੂੰ ਜਿੱਥੇ ਸਫਲ ਕਰ ਰਿਹਾ ਹੈ ਉੱਥੇ ਨਾਲ ਦੀ ਨਾਲ ਤੁਹਾਡੀ ਤੰਦਰੁਸਤੀ ਵੀ ਬਰਕਰਾਰ ਰੱਖੇ ਹੱਸਦੇ ਵਾਸਤੇ ਰਹੋ ਪਰਮਿੰਦਰ ਕੌਰ ਜੀ ਨੂੰ ਵੀ ਜਨਮ ਦਿਨ ਦੀਆਂ ਮੁਬਾਰਕਾਂ 12 ਅਪ੍ਰੈਲ ਦੀਆਂ ਔਰ ਉਹਨਾਂ ਦੇ પતિ ਸੁਖਪਾਲ ਸਿੰਘ ਬੇਟਾ ਤੇ ਬਹੂ ਗੁਰਪ੍ਰੀਤ ਸਿੰਘ ਤੇ ਗੁਰਪ੍ਰੀਤ ਕੌਰ ਭਰਾ ਤੇ ਭਾਬੀ ਉਪਿੰਦਰ ਸਿੰਘ ਤੇ ਵੀਨਾ ਜਗਦੇਵ ਸਿੰਘ ਤੇ ਕੁਲਜਿੰਦਰ ਕੌਰ ਦੇ ਵੱਲੋਂ ਮੁਬਾਰਕਾਂ ਆਈਆਂ ਨੇ ਬਹੁਤ ਬਹੁਤ ਮੁਬਾਰਕਾਂ ਹੋਣ ਪਰਮਾਤਮਾ ਤੰਦਰੁਸਤੀ ਵਾਲਾ ਜੀਵਨ ਦੇਵੇ ਔਣ ਵਾਲਾ ਸਮਾਂ ਬਹੁਤ ਖੁਸ਼ੀਆਂ ਲੈ ਕੇ ਆਵੇ ਔਰ ਪਰਿਵਾਰ ਦੇ ਵਿੱਚ ਨਵੇਂ ਪਰਿਵਾਰ ਦੇ ਜੀ ਦਾ ਆਗਾਜ਼ ਹੋਵੇ ਔਰ ਉਹਨਾਂ ਦੇ ਨਾਲ ਤੁਸੀਂ ਰੱਜ ਰੱਜ ਕੇ ਹਾਸਾ ਹੱਸ ਕੇ ਖੇਡ ਕੇ ਜ਼ਿੰਦਗੀ ਨੂੰ ਬਹੁਤ ਸੋਹਣੀਆਂ ਯਾਦਾਂ ਦੇ ਦਿਵੋ ਤੇਰ ਸਾਰੀਆਂ ਮੁਬਾਰਕਾਂ ਜਨਮ ਦਿਨ ਦੀਆਂ ਹਰਸ਼ਿਤ ਲੋਹਟ ਨੂੰ ਅਸੀਂ ਜਨਮ ਦਿਨ ਦੀਆਂ ਮੁਬਾਰਕਾਂ ਦਿੰਦੇ ਹਾਂ 13 ਅਪ੍ਰੈਲ ਉਹਨਾਂ ਦੇ ਪਿਤਾ ਜੀ ਨਵਦੀਪ ਕੁਮਾਰ ਤੇ ਮਾਤਾ ਸੁਖਜਿੰਦਰ ਕੌੜਾ ਦਾ ਗਰੀਬ ਦਾਸ ਦਾਦੀ ਮਾ ਸਰਬਜੀਤ ਕੌਰ ਪੂਆ ਫੂਫਰ ਜੀ ਚਾਚਾ ਚੀ ਦੇ ਵੱਲੋਂ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ ਹਰਸ਼ਿਤ ਦਾ ਇਹ ਜਿਹੜਾ ਬਚਪਨ ਹੈ ਬਹੁਤ ਖੂਬਸੂਰਤ ਹੋਵੇ ਆਉਣ ਵਾਲਾ ਸਮਾਂ ਵੀ ਬਹੁਤ ਖੂਬਸੂਰਤ ਹੋਵੇ ਖੁਸ਼ੀਆਂ ਖੇੜੇ ਹੋਣ ਤੰਦਰੁਸਤੀ ਹੋਵੇ ਕਾਮਯਾਬੀਆਂ ਹੋਵੇ ਤੇਰ ਸਾਰੀਆਂ ਮੁਬਾਰਕਾਂ ਢੀਡੀ ਪੰਜਾਬੀ ਵੱਲੋਂ ਪਰਮੀਤ ਕੌਰ ਵੀ ਆਪਣਾ ਜਨਮ ਦਿਨ 13 ਅਪ੍ਰੈਲ ਨੂੰ ਮਨਾਉਣਗੇ ਔਰ ਨਾਨੀ ਲਖਵੀਰ ਕੌਰ ਤੇ ਮਾਮੀ ਨਵਦੀਪ ਸਿੰਘ ਤੇ ਸਤਪਾਲ ਸਿੰਘ ਮਾਮੀ ਪਰਮਜੀਤ ਤੇ ਮਾਸੀ ਮਾਸੜ ਜਗਮੀਤ ਸਿੰਘ ਤੇ ਬਲਜਿੰਦਰ ਕੌਰ ਪਰਾ ਖੁਸ਼ਕਰਨ ਸਿੰਘ ਹਰਸਿਮਰਨ ਸਿੰਘ ਗਿਆ ਵੀ ਤੇ ਦੋਤੀ ਭਾਂਜੀ ਪਰਮੀਤ ਕੌਰ ਦੇ ਵੱਲੋਂ ਮੁਬਾਰਕਾਂ ਨੇ ਪਰਮਿੰਦਰ ਸਿੰਘ ਤੇ ਹਰਮੀਤ ਕੌਰ ਤੇ ਅਵਤਾਰ ਸਿੰਘ ਗੁਰਮੀਤ ਕੌਰ ਪੂਆਫ ਫਰਜੀ ਸਾਰੇ ਦਾਦ ਕਿਨਾਨ ਕੇ ਪਰਿਵਾਰ ਡੇਟ ਸਾਰਿਆਂ ਮੁਬਾਰਕਾ ਪਰਮੀਤ ਨੂੰ ਦੇ ਰਹੇ ਨੇ ਪਰਮੀਤ ਬਚਪਨ ਜਿੱਤੇ ਸਖੂਬਸੂਰਤ ਹੋਵੇ ਆਉਣ ਵਾਲਾ ਸਮਾਂ ਵੀ ਬਹੁਤ ਬਹੁਤ ਖੁਸ਼ੀਆਂ ਲੈ ਕੇ ਆਵੇ ਕਾਮਯਾਬੀਆਂ ਵਾਲਾ ਹੋਵੇ ਵੱਡੀ ਹੋ ਕੇ ਖੂਬ ਤਰੱਕੀਆਂ ਕਰੇ ਜ਼ਿੰਦਗੀ ਦੇ ਵਿੱਚ ਹਾਸੇ ਹੋਣ ਸੋਹਣੇ ਸੋਹਣੇ ਰੰਗਾਂ ਦੀ ਨਾਲ ਜ਼ਿੰਦਗੀ ਨੂੰ ਬਹੁਤ ਖੂਬਸੂਰਤੀ ਦੇ ਨਾਲ ਬੁਣ ਲਵੇ ਦਿਲシャン ਸਿੰਘ ਨੂੰ ਜਨਮ ਦਿਨ ਦੀਆਂ ਮੁਬਾਰਕਾਂ 13 ਅਪ੍ਰੈਲ ਮਾਤਾ ਪਿਤਾ ਪਰਮਿੰਦਰ ਸਿੰਘ ਰਵਿੰਦਰ ਕੌਰ ਦਾਦਾ ਦਾਦੀ ਸਰਦਾਰ ਮੱਖਣ ਸਿੰਘ ਮਨਜੀਤ ਕੌਰ ਤੇ ਚਾਚਾ ਬਲਜਿੰਦਰ ਸਿੰਘ ਤੇ ਭਰਾ ਸਾਹਿਬਦੀਪ ਦੇ ਵੱਲੋਂ ਮੁਬਾਰਕਾਨੇ ਦਿਲਸ਼ਾਨ ਨੂੰ ਬਹੁਤ-ਬਹੁਤ ਮੁਬਾਰਕਾਂ ਹੋਣ ਬਹੁਤ ਸੋਨਾ ਲੱਗ ਰਿਹਾ ਹੈ ਦਿਲਸ਼ਾਨ ਔਰ ਅਸਲ ਜ਼ਿੰਦਗੀ ਵੀ ਬਹੁਤ ਖੂਬਸੂਰਤ ਹੋਵੇ ਕਾਮਯਾਬੀ ਹੋਵੇ ਜ਼ਿੰਦਗੀ ਦੇ ਵਿੱਚ ਵੱਡਾ ਹੋ ਕੇ ਖੂਬ ਤਰੱਕੀਆਂ ਕਰੇ ਸਾਰਿਆਂ ਦੇ ਲਾਡ ਪਿਆਰ ਨਾਲ ਜਿੱਥੇ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧ ਰਿਹਾ ਹੈ ਆਉਣ ਵਾਲਾ ਸਮਾਂ ਵੀ ਬਹੁਤ ਖੂਬਸੂਰਤ ਹੋਵੇ ਪਰਮਾਤਮਾ ਆਪਣੀ ਜਿਹੜੀ ਸਵੱਲੀ ਨਜ਼ਰ ਇਸ ਤੇ ਹਮੇਸ਼ਾ ਬਣਾ ਕੇ ਰੱਖੇ ਜਸਵੰਤ ਸਿੰਘ ਪੱਟੀ ਜੀ ਨੂੰ ਜਨਮ ਦਿਨ ਦੀਆਂ ਬੁਪਾਰਕਾ 13 ਅਪ੍ਰੈਲ ਉਹਨਾਂ ਦੇ ਤਰਮ ਪਤਨੀ ਜਸਵੀਰ ਕੌਰ ਤੇ ਬੇਟਾ ਗੁਰਪ੍ਰੀਤ ਸਿੰਘ ਅਮਰਿਤਪਾਲ ਸਿੰਘ ਤੇ ਉਹਨਾਂ ਦੀ ਬੇਟੀ ਗੁਰਸ਼ਰਨ ਕੌਰ ਤੇ ਉਹਨਾਂ ਦੇ ਭਤੀਜੇ ਹਰਪੀ ਸਿੰਘ ਤੇ ਉਹਨਾਂ ਦੀ ਨੋਰਾਣੀ ਸਰਬਜੀਤ ਕੌਰ ਤੇ ਗਗਨਦੀਪ ਕੌਰ ਦੇ ਵੱਲੋਂ ਮੁਬਾਰਕਾ ਨੇ ਸੋ ਬਹੁਤ ਬਹੁਤ ਮੁਬਾਰਕਾ ਹੋਣ ਜਸਵੰਤ ਸਿੰਘ ਪੱਟੀ ਜੀ ਤੁਹਾਨੂੰ ਹਾਰ ਜ਼ਿੰਦਗੀ ਵਿੱਚ ਕਾਮਯਾਬੀ ਹੋਵੇ ਔਰ ਇਹ ਸਾਰੇ ਰਿਸ਼ਤੇ ਤੁਹਾਨੂੰ ਬਹੁਤ ਸਾਰਾ ਪਿਆਰ ਦੇਣ ਸਤਕਾਰ ਦੇਣ ਇੱਜ਼ਤ ਦੇਣ ਮਾਣ ਦੇਣ ਇਸੇ ਤਰ੍ਹਾਂ ਹੀ ਬਾੜ ਵੀ ਤੁਸੀਂ ਇੱਜ਼ਤਾਂ ਕਮਾਉਂਦੇ ਰਹੋ ਬਹੁਤ ਬਹੁਤ ਮੁਬਾਰਕਾ ਹੋਣ ਪ੍ਰਮਾਤਮਾ ਤੁਹਾ ਉਮਰ ਕਰੇ ਸੋ ਇਹ ਪ੍ਰੋਗਰਾਮ ਸੁਨੇਹੀ ਔਰ ਸੁਨੇਹੀ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਾਰਿਆਂ ਦੇ ਈਮੇਲ ਜਿੱਥੇ ਪੜੀਆਂ ਗਈਆਂ ਨੇ ਖਤ ਪੜੇ ਗਏ ਨੇ ਸਹੀ ਤਰੀਕੇ ਦੇ ਨਾਲ ਫੋਟੋਆਂ ਤੇ ਨਾਮ ਸਹੀ ਲਿਖ ਕੇ ਭੇਜ ਦਿਆ ਕਰੋ ਤੁਸੀਂ ਹੱਸਦੇ ਵਾਸਤੇ ਰਹੋ ਮੈਨੂੰ ਕਵਲ ਫ੍ਰੀਟ ਕਰਨਾ ਤਿਉ ਆ ਗਿਆ ਧੰਵਾਦ